ਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਵਿਗਨਨ ਕੇ ਨਾਸਕ, ਸ੍ਰੀ ਹਰ ਗੋਬਿੰਦ ਸੁਭ ਸੁਮਤ ਪਰ ਕਾਸ਼ਕ, ਸ੍ਰੀ ਹਰ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਏ ਬਹੁ ਪ੍ਰੀਗ ਬਹਾਦਰ ਪਰਮ ਕਿਰਪਾਲ, ਸਤਿਗੁਰ ਪਰਮ ਕਿਰਪਾਲ, ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾ, ਸਾਜੀ ਪੁਨ ਪੁਰ ਸੀਸਾਰ ਬਾਰ ਜਗਦੀ ਸੋ ਅਨੰਦਪੁਰ ਚਲ ਕੇ ਆਇਓ, ਹੋਏ ਨੰਮਰ ਵਿੱਚ ਸਭਾ ਸੁਣਾਇਓ, ਮੋਹੇ ਸੁਤਾ ਕੋ ਲਾਗਿਓ ਪ੍ਰੀਤ, ਸ੍ਰੀ ਗੁਰਸਿੱਖ ਕੋ ਹੋਏ ਸੁਚੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨੂੰ ਵਾਜੀ, ਗੁਰੂ ਕੀ ਸੰਗਤ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਸਤਿਗੁਰੂ ਪਾਤਸ਼ਾਹ ਜੀ ਇਸ ਵੇਲੇ ਭਗਤਾ ਭਾਈ ਕਾ ਇੱਕ ਨਗਰ ਹੈ ਮਾਲਵੇ ਦੇ ਅੰਦਰ, ਭਾਈ ਬਹਿਲੋ ਜੀਆਂ ਦੇ ਇਹ ਪੋਤਰੇ ਸਨ ਭਾਈ ਭਗਤਾ ਜੀ, ਅਤੇ ਭਾਈ ਬਹਿਲੋ ਜੀਆਂ ਨੇ ਸੇਵਾ ਕੀਤੀ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਘਰ ਦੀ। ਸਤਿਗੁਰੂ ਇਹਨਾਂ ਦੇ ਨਗਰ ਪਹੁੰਚੇ ਹੋਏ, ਜਦੋਂ ਮਹਾਰਾਜ ਜਾ ਕੇ ਬੈਠੇ ਤਾਂ ਇੱਕ ਵਿਅਕਤੀ ਨੂੰ ਪੁੱਛਿਆ, ਕਹਿਣ ਲੱਗੇ ਵੀ ਇਹ ਖੂਹ ਕੌਣ ਲਵਾਉਂਦਾ ਪਿਆ ਹੈ? ਅਤੇ ਉਸ ਵਿਅਕਤੀ ਨੇ ਦੱਸਿਆ ਵੀ ਇਹ ਭਾਈ ਬਹਿਲੋ ਦੇ ਜਿਹੜੇ ਅੱਗੇ ਪੋਤਰੇ ਨੇ ਮਹਾਰਾਜ, ਉਹ ਖੂਹ ਲਵਾਉਂਦੇ ਪਏ। ਸਤਿਗੁਰਾਂ ਨੇ ਬਚਨ ਸੁਣਿਆ ਅਤੇ ਮਹਾਰਾਜ ਉਸ ਵੇਲੇ ਕਹਿੰਦੇ, ਇਹ ਬਚਨ ਸੁਣ ਕੇ ਪਾਤਸ਼ਾਹ ਕਹਿਣ ਲੱਗੇ, ਭਾਈ ਬਚਨ ਇਹ ਹੈ ਕਿ ਇਹ ਜਿਹੜਾ ਪੈਸਾ ਹੈ ਧਨ ਹੈ ਉਹ ਤਾਂ ਗੁਰੂ ਘਰ ਦਾ ਹੈ, ਅਤੇ ਨਾਮ ਇਹਨਾਂ ਦਾ ਦਮ ਲਗਨ ਪਾਤਸ਼ਾਹ ਕੇ ਸਾਬੂਣ ਗਰਾਂ ਦਾ ਨਾਉ। ਇਹ ਬਚਨ ਆਖਿਆ ਵੀ ਖਰਚਾ ਹੋਵੇ ਮਾਲਕਾਂ ਦਾ ਅਤੇ ਨਾਮ ਹੋਵੇ ਸੇਵਕਾਂ ਦਾ।
ਜਦੋਂ ਇਹ ਬਚਨ ਆਖਿਆ ਤੇ ਸਿੱਖ ਹੈਰਾਨ ਹੋ ਗਏ, ਮਹਾਰਾਜ ਬਚਨ ਸਮਝ ਨਹੀਂ ਆਈ ਵੀ ਮਾਲਕਾਂ ਦਾ ਧਨ ਤੇ ਨਾਮ ਸੇਵਾਦਾਰਾਂ ਦਾ ਇਹ ਬਚਨ ਕੀ ਹੈ, ਆਪ ਖੁੱਲ ਕੇ ਦੱਸੋ। ਤੇ ਸਤਿਗੁਰੂ ਫਿਰ ਉਹ ਬਚਨ ਸੁਣਾਉਣ ਲੱਗੇ ਵੀ ਇਹ ਭੂਤ ਪ੍ਰੇਤ ਇਹਨਾਂ ਦੇ ਵੱਸ ਵਿੱਚ ਕਿਵੇਂ ਆਏ ਤੇ ਭੂਤਾਂ ਤੋਂ ਪ੍ਰੇਤਾਂ ਤੋਂ ਇਹਨਾਂ ਨੇ ਕੰਮ ਕਿਵੇਂ ਲਿਆ, ਉਹ ਮਹਾਰਾਜ ਇੱਥੇ ਪ੍ਰਸੰਗ ਦੱਸਣ ਲੱਗੇ ਇਹਨਾਂ ਦਾ ਵੀ ਇਹਨਾਂ ਨੇ ਕਿਵੇਂ ਕਿਵੇਂ ਇਹ ਸੇਵਾਵਾਂ ਕੀਤੀਆਂ। ਇਹ ਪ੍ਰਸੰਗ ਬਚਨ ਆਪਾਂ ਪਿੱਛੇ ਸਰਵਣ ਕਰੇ ਆਏ, ਅੱਗੇ ਜਿਵੇਂ ਗੁਰੂ ਪਾਤਸ਼ਾਹ ਕਿਰਪਾ ਕਰਦੇ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸੁਣ ਕੇ ਸਿੱਖਣ ਬੂਝਣ ਠਾਨੀ, ਸਿੱਖਾਂ ਨੇ ਸੁਣਿਆ ਬਚਨ, ਮਹਾਰਾਜ ਆਪ ਜੀ ਨੇ ਆਖਿਆ ਹੈ ਵੀ ਧਨ ਮਾਲਕਾਂ ਦਾ ਲੱਗਦਾ, ਨਾਮ ਸੇਵਕਾਂ ਦਾ, ਇਹਦਾ ਕਾਰਨ ਕੀ, ਆਪ ਕਿਰਪਾ ਕਰਕੇ ਸਾਨੂੰ ਦੱਸਣਾ ਕਰੋ। ਉਹ ਪ੍ਰਸੰਗ ਪ੍ਰਭ ਕਰੋ ਬਖਾਨੀ, ਸਤਿਗੁਰੂ ਇਹਦੇ ਵਿੱਚ ਤਾਤਪਰ ਕੀ ਹੈ, ਇਹਦੇ ਵਿੱਚ ਕੀ ਗੁੱਝੀ ਗੱਲ ਹੈ, ਰਮਜ ਕਿਹੜੀ ਹੈ ਜਿਹੜੀ ਸਾਨੂੰ ਸਮਝ ਨਹੀਂ ਆਈ। ਜੇ ਆਪ ਖੁੱਲ੍ਹ ਕੇ ਬਚਨ ਦੱਸ ਦਿਓ ਫਿਰ ਸਮਝ ਲੱਗੇਗੀ ਨਾ ਵੀ ਇਹ ਕਿਉਂ ਆਖਿਆ ਵੀ ਮਾਲਕਾਂ ਦਾ ਧਨ ਹੈ ਅਤੇ ਸੇਵਕਾਂ ਦਾ ਨਾਮ ਹੈ ਮਹਾਰਾਜ, ਜਿਹੜਾ ਵਿਚਲੀ ਗੱਲ ਹੈ ਨਾ ਗੁਪਤ, ਉਹ ਗੱਲ ਆਪ ਕਿਰਪਾ ਕਰਕੇ ਦੱਸੋ। ਜਿਸ ਪਰ ਭਾਖਿਓ ਇਹ ਪਖਿਆ ਨਾ, ਮਹਾਰਾਜ ਇਹ ਆਪ ਜੀ ਨੇ ਅਖਾਣ ਆਖਿਆ ਨਾ, ਪਹਿਲੇ ਸਮੇਂ ਵਿੱਚ ਲੋਕ ਅਖਾਣ ਪਾਇਆ ਕਰਦੇ, ਇਸ਼ਾਰਾ ਕਰਿਆ ਕਰਦੇ, ਜਿਵੇਂ ਕਹਿੰਦੇ ਵੀ ਆਖਾਂ ਧੀ ਨੂੰ ਸਮਝਾਵਾਂ ਨੌ ਨੂੰ, ਆਪਾਂ ਆਮ ਹੀ ਇਹ ਮੁਹਾਵਰਾ ਵਰਤ ਲੈਂਦੇ ਹਾਂ, ਗੱਲ ਕੋਈ ਕਹਿਣੀ ਤੇ ਕਹਿ ਕੇ ਸਮਝਾ ਦੇਣੀ ਕਿਸੇ ਤਰੀਕੇ ਦੇ ਨਾਲ, ਉਹਨੂੰ ਕਹਿੰਦੇ ਵੀ ਅਖਾਣ ਪਾਇਆ ਹੈ। ਚਲੋ ਹੌਲੀ ਹੌਲੀ ਸਮਾਂ ਬਦਲ ਗਿਆ, ਉਹ ਅਖਾਣ ਜਿਹੜੇ ਸਾਨੂੰ ਪੁਰਾਣੇ ਬਜ਼ੁਰਗਾਂ ਦੇ ਨਾਲ ਹੀ ਸੰਸਾਰ ਤੋਂ ਤੁਰ ਗਏ, ਤੁਰੇ ਜਾ ਰਹੇ ਨੇ, ਅੱਗੇ ਆਉਣ ਨੌਜਵਾਨ ਪੀੜ੍ਹੀ ਆਉਣ ਵਾਲੀ ਪੀੜ੍ਹੀ ਨੂੰ ਸ਼ਾਇਦ ਨਹੀਂ ਪਤਾ ਇਹਨਾਂ ਬਾਰੇ। ਸਿੱਖਾਂ ਨੇ ਆਖਿਆ, ਕਹਿਣ ਲੱਗੇ ਮਹਾਰਾਜ ਤੁਸੀਂ ਅਖਾਣ ਪਾਇਆ, ਭਾਵ ਕਿ ਬੁਝਾਰਤ ਪਾਈ ਹੈ, ਪਰ ਹੈ ਕੀ ਹੈ ਮਹਾਰਾਜ ਦੱਸਣਾ ਕਰੋ। ਹਮ ਭੀ ਸੁਣਿਓ ਚਾਹੇ ਨਿਜ ਕੰਨ, ਸਤਿਗੁਰੂ ਅਸੀਂ ਵੀ ਸੁਣਨਾ ਚਾਹੁੰਦੇ ਹਾਂ, ਸਾਨੂੰ ਵੀ ਪਤਾ ਲੱਗੇ ਵੀ ਧਨ ਮਾਲਕਾਂ ਦਾ ਲੱਗਾ, ਨਾਮ ਸੇਵਕਾਂ ਦਾ, ਤੁਸੀਂ ਇਹ ਬਚਨ ਆਖਿਆ ਪਰ ਇਹਦਾ ਮਤਲਬ ਕੀ ਹੈ, ਜੇ ਆਪ ਜੀ ਖੁੱਲ੍ਹ ਕੇ ਸਾਰੀ ਕਥਾ ਦੱਸ ਦਿਓ ਤੇ ਪਾਤਸ਼ਾਹ ਫਿਰ ਸਾਨੂੰ ਵੀ ਇਹ ਕੰਨਾਂ ਵਿੱਚ ਸੁਣ ਕੇ ਬਚਨ ਤੇ ਪੂਰਾ ਜੋ ਵੀ ਹੈ ਸਾਡਾ ਹਿਸਾਬ ਪੂਰਾ ਹੋਵੇਗਾ। ਸ਼੍ਰੀ ਸਤਿਗੁਰੂ ਪ੍ਰਸੰਗ ਉਚਾਰਾ, ਮਹਾਰਾਜ ਕਹਿੰਦੇ ਭਾਈ ਵੀ ਇਹਦੇ ਪਿੱਛੇ ਇੱਕ ਨਾ ਘਟਨਾ, ਇੱਕ ਸਾਖੀ ਹੈ ਇਤਿਹਾਸ, ਤੇ ਚਲੋ ਸਿੱਖੋ ਜੇ ਤੁਸੀਂ ਪੁੱਛਦੇ ਹੋ ਤੇ ਅਸੀਂ ਦੱਸ ਦਿੰਦੇ ਹਾਂ। ਮਹਾਰਾਜ ਫਿਰ ਉਸ ਵੇਲੇ ਕਹਿਣ ਲੱਗੇ ਹਨ, ਤੁਰਕਨ ਇੱਕ ਦੀਵਾਨ ਉਦਾਰਾ, ਕਹਿਣ ਲੱਗੇ ਵੀ ਮੁਸਲਮਾਨ ਜਿਹੜੇ ਮੁਗਲ ਨੇ ਨਾ, ਉਹਨਾਂ ਦੇ ਵਿੱਚ ਇੱਕ ਦੀਵਾਨ ਹੈ, ਦੀਵਾਨ ਇੱਕ ਖਿਤਾਬ ਹੈ ਜਿਹੜਾ ਦਿੱਤਾ ਜਾਂਦਾ ਸੀ ਉਸ ਵੇਲੇ, ਅਤੇ ਉਹਦੇ ਕੋਲ ਕੁਝ ਅਧਿਕਾਰ ਹੋਇਆ ਕਰਦੇ ਸਨ। ਉਹ ਬਚਨ ਇੱਥੇ ਆ ਗਿਆ, ਕਹਿਣ ਲੱਗੇ ਮੁਗਲਾਂ ਦਾ ਇੱਕ ਦੀਵਾਨ ਹੈ, ਕੁਝ ਖਾਸ ਕਿਸਮ ਦੇ ਕੰਮ ਉਹਨੂੰ ਦੇ ਕੇ ਅਤੇ ਉਹਦੇ ਕੋਲੋਂ ਕੰਮ ਕਰਵਾਇਆ ਜਾਂਦਾ, ਅਤੇ ਇਹ ਮੁਗਲਾਂ ਦੀ ਫੌਜ ਦੇ ਵਿੱਚ ਇਹ ਵਿਅਕਤੀ ਹੈ ਅਤੇ ਦੀਵਾਨ ਇਸ ਦੀ ਇੱਕ ਪਦਵੀ ਹੈ। ਰਾਮੂ ਨਾਮ ਕਹਿਤ ਹੈ ਜਾਹੀ, ਇਹਦਾ ਨਾਮ ਸੀ ਰਾਮੂ, ਹੈ ਨੂੰ ਲੋਕ ਰਾਮੂ ਰਾਮੂ ਕਰਕੇ, ਰਾਮੂ ਦੀਵਾਨ ਕਰਕੇ ਇਸ ਲੋਕ ਨੂੰ ਜਾਣਦੇ ਹਨ। ਤਨੁਜਾ ਤਿਸਕੇ ਗ੍ਰਹਿ ਮਾਹੀ, ਇਸ ਰਾਮੂ ਦੇ ਘਰ ਵਿੱਚ ਇੱਕ ਲੜਕੀ ਪੈਦਾ ਹੋਈ ਹੈ ਅਤੇ ਲੜਕੀ ਹੌਲੀ ਹੌਲੀ ਜਿਵੇਂ ਜਿਵੇਂ ਸਮਾਂ ਲੰਘਿਆ ਅਤੇ ਫਿਰ ਜਵਾਨ ਹੋ ਗਈ ਹੈ। ਸੋ ਅਨੰਦਪੁਰ ਚੱਲ ਕੇ ਆਇਓ, ਇਹ ਰਾਮੂ ਜਿਹੜਾ ਸੀ ਨਾ ਪਹਿਲਾਂ ਕਈਆਂ ਥਾਵਾਂ 'ਤੇ ਗਿਆ, ਇਹਦੀ ਲੜਕੀ ਨੂੰ ਇੱਕ ਪ੍ਰੇਤ ਚਿੰਬੜ ਗਿਆ ਸੀ ਜਿਹੜਾ ਛੱਡ ਕੇ ਨਹੀਂ ਸੀ ਜਾਂਦਾ। ਗੁਰਮੁਖੋ ਇਹ ਗੱਲਾਂ ਕੋਈ ਅਤਕਥਨੀਆਂ ਨਹੀਂ, ਅੱਜ ਵੀ ਸਰੀਰਾਂ ਵਿੱਚ ਪ੍ਰੇਤ ਵਗੈਰਾ ਜਿਹੜੇ ਨੇ ਪ੍ਰਵੇਸ਼ ਕਰ ਜਾਂਦੇ ਅਤੇ ਜਿਹੜੇ ਮਨਮੁੱਖ ਲੋਕ ਨੇ ਉਹਨਾਂ ਨੂੰ ਬੜਾ ਦੁੱਖ ਦਿੰਦੇ। ਹਰ ਕੇ ਸੇਵਕ ਜੋ ਹਰ ਭਾਏ ਤਿੰਨ ਕੀ ਕਥਾ ਨਿਰਾਰੀ, ਜਿਹੜੇ ਰੱਬ ਦਾ ਨਾਮ ਲੈਣ ਵਾਲੇ ਇਹ ਉਹਨਾਂ ਦੀ ਗੱਲ ਨਹੀਂ, ਉਹਨਾਂ ਦੇ ਪ੍ਰਸੰਗ ਜੀਵਨ ਵੱਖਰੇ ਨੇ, ਉਹਨਾਂ ਦੇ ਉੱਪਰ ਇਹਨਾਂ ਚੀਜ਼ਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਹੈ।
ਬਾਣੀ ਪੜ੍ਹਨ ਵਾਲਾ, ਨਾਮ ਜਪਣ ਵਾਲਾ, ਰੱਬ ਨੂੰ ਮੰਨਣ ਵਾਲਾ, ਉਹਦੇ ਉੱਪਰ ਇਹਨਾਂ ਚੀਜ਼ਾਂ ਦਾ ਕੋਈ ਅਸਰ ਨਹੀਂ। ਪਰ ਕੁਝ ਪਾਪੀ ਜਿਹੜੇ ਲੋਕ ਨੇ ਉਹਨਾਂ ਦੇ ਉੱਪਰ ਇਹ ਭੂਤ ਪ੍ਰੇਤ ਛੇਤੀ ਆਪਣਾ ਵੱਸ ਪਾ ਲੈਂਦੇ, ਅਤੇ ਇਹ ਜਿਹੜਾ ਰਾਮੂ ਹੈ ਨਾ, ਇਹਦੀ ਲੜਕੀ ਨੂੰ ਇੱਕ ਪ੍ਰੇਤ ਚਿੰਬੜਿਆ, ਜਿਹੜਾ ਛੱਡ ਕੇ ਨਹੀਂ ਜਾਂਦਾ ਹੈ, ਬੜੀਆਂ ਜਗ੍ਹਾ 'ਤੇ ਗਿਆ, ਕਿਤਿਓਂ ਵੀ ਇਹਦੀ ਝੋਲੀ ਵਿੱਚ ਖੈਰ ਨਹੀਂ ਪਈ। ਫਿਰ ਕਿਸੇ ਨੇ ਆਖਿਆ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਬਾਰ ਵਿੱਚ ਜਾ ਅਤੇ ਉੱਥੋਂ ਜਾ ਕੇ ਤੇਰਾ ਇਹ ਮਸਲਾ ਹੱਲ ਹੋਵੇਗਾ। ਇਹ ਫਿਰ ਮਹਾਰਾਜ ਦੇ ਕੋਲ ਅਨੰਦਪੁਰ ਸਾਹਿਬ ਆਇਆ ਹੈ। ਉਹ ਨੰਬਰ ਵਿੱਚ ਸਭਾ ਸੁਣਾਇਆ, ਜਦੋਂ ਮਹਾਰਾਜ ਦਾ ਦੀਵਾਨ ਲੱਗਿਆ ਨਾ, ਜਿਵੇਂ ਗੁਰਮੁਖੋਂ ਆਪਾਂ ਬੈਠੇ ਹਾਂ, ਇਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਿੰਘਾਸਣ 'ਤੇ ਬਰਾਜਿਆ ਕਰਦੇ, ਸੰਗਤਾਂ ਬੈਠਿਆ ਕਰਦੀਆਂ, ਬਚਨ ਬਲਾ ਸੁਣਿਆ ਕਰਦੀਆਂ, ਸਤਿਗੁਰੂ ਬੈਠੇ ਹੋਏ ਅਤੇ ਸਾਰੀ ਸੰਗਤ ਵਿੱਚ ਇਸ ਰਾਮੂ ਨੇ ਨਾ ਖੜ੍ਹੇ ਹੋ ਕੇ ਅਤੇ ਫਿਰ ਮਹਾਰਾਜ ਜੀ ਅੱਗੇ ਬੇਨਤੀ ਕੀਤੀ ਹੈ। ਮੋਹੇ ਸੁਤਾ ਕਹੁ ਲਾਗਿਓ ਪ੍ਰੇਤ, ਕੀ ਬੇਨਤੀ ਕੀਤੀ? ਕਹਿਣ ਲੱਗਾ, ਸੱਚੇ ਪਾਤਸ਼ਾਹ, ਮੈਂ ਤੁਹਾਡੇ ਦਰਬਾਰ ਦੀ ਹਾਜ਼ਰੀ ਭਰੀ ਹੈ, ਮੇਰੇ 'ਤੇ ਕਿਰਪਾ ਕਰੋ। ਮੇਰੀ ਇਹ ਜਵਾਨ ਧੀ ਹੈ ਅਤੇ ਇਹਨੂੰ ਪ੍ਰੇਤ ਚਿੰਬੜਿਆ ਹੋਇਆ ਹੈ, ਜਿਹੜਾ ਕਿਤੇ ਇਹਦੇ ਅੱਗੇ ਸ਼ਗਨ ਦੇ ਕਾਰਜ ਨਹੀਂ ਹੋਣ ਦੇ ਰਿਹਾ ਹੈ। ਅਤੇ ਮਹਾਰਾਜ, ਅਸੀਂ ਬੜੇ ਦੁਖੀ ਹਾਂ, ਬੜੇ ਉਪਚਾਰ ਵੀ ਕੀਤੇ ਨੇ, ਜੋ ਵੀ ਕਿਸੇ ਨੇ ਦੱਸਿਆ ਉਹ ਸਭ ਕੁਝ ਕੀਤਾ, ਪਰ ਇਸ ਪ੍ਰੇਤ ਤੋਂ ਛੁਟਕਾਰਾ ਨਹੀਂ ਮਿਲਿਆ ਸਾਨੂੰ। ਆਪ ਕਿਰਪਾ ਕਰਕੇ ਮਹਾਰਾਜ ਮੇਰੀ ਬੇਨਤੀ ਪ੍ਰਵਾਨ ਕਰੋ। ਸ਼੍ਰੀ ਗੁਰਸਿੱਖ ਕੋ ਹੋਏ ਸੁਚੇਤ, ਮਹਾਰਾਜ ਸਾਹਿਬ ਜੀ, ਆਪ ਜੀ ਦਾ ਕੋਈ ਸਿੱਖ ਇਹੋ ਜਿਹਾ ਹੋਵੇ ਜਿਹੜਾ ਕੋਈ ਸਾਵਧਾਨ ਹੋ ਕੇ ਅਤੇ ਮੇਰੀ ਇਹ ਬਿਮਾਰੀ ਦੂਰ ਕਰ ਦੇਵੇ, ਕਿਉਂਕਿ ਤੁਹਾਡੇ ਕੋਲ ਤਾਂ ਬੜੇ ਬੜੇ ਸਿੱਖ ਬਾਣੀ ਪੜ੍ਹਨ ਵਾਲੇ, ਨਾਮ ਜਪਣ ਵਾਲੇ, ਸਿਮਰਨ ਕਰਨ ਵਾਲੇ, ਬੜੀਆਂ ਪਵਿੱਤਰ ਰੂਹਾਂ ਨੇ ਜਿਨ੍ਹਾਂ ਦੇ ਸਵਾਸ ਸਵਾਸ ਸਿਮਰਨ ਚੱਲਦਾ, ਕੋਈ ਐਸਾ ਸਿੰਘ ਮਹਾਰਾਜ ਮੇਰੇ ਨਾਲ ਬਖਸ਼ਿਸ਼ ਕਰੋ ਜਿਹੜਾ ਮੇਰੇ ਇਸ ਬਿਮਾਰੀ ਨੂੰ, ਦੁੱਖ ਨੂੰ ਦੂਰ ਕਰੇ। ਕਰੈ ਨਿਕਾਸਨ ਤਿਸ ਕੋ ਐਸੇ, ਮਹਾਰਾਜ ਫਿਰ ਉਸਨੂੰ ਬਾਹਰ ਕੱਢਿਆ ਜਾਵੇ, ਸਰੀਰ ਵਿੱਚ ਪ੍ਰਵੇਸ਼ ਕਰਕੇ ਬੈਠਾ ਅਤੇ ਉਸਨੂੰ ਕੋਈ ਬਾਹਰ ਕੱਢਣਾ ਕਰੇ। ਬਹੁਰ ਨਾ ਇਹ ਪ੍ਰਵੇਸ਼ ਜੈਸੇ, ਮਹਾਰਾਜ ਇਹੋ ਜਿਹਾ ਮੋਰਚਾ ਫਤਿਹ ਕਰੇ ਤੁਹਾਡਾ ਸਿੰਘ, ਕੋਈ ਜਾ ਕੇ ਵੀ ਦੁਬਾਰਾ ਪ੍ਰੇਤ ਆ ਹੀ ਨਾ ਸਕੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਇੱਕ ਵਾਰੀ ਸਵਾਲ ਕੀਤਾ ਸੀ ਸਿੱਖਾਂ ਨੇ ਵੀ ਮਹਾਰਾਜ ਇਹਨਾਂ ਦੀ ਗਿਣਤੀ ਕਿੰਨੀ ਕੁ ਹੈ ਭੂਤ ਪ੍ਰੇਤਾਂ ਦੀ, ਅਤੇ ਸਤਿਗੁਰੂ ਪਾਤਸ਼ਾਹ ਸੁਣ ਕੇ ਉਸ ਵੇਲੇ ਸੁਖਮਨੀ ਸਾਹਿਬ ਦਾ ਤੁਸੀਂ ਬਚਨ ਪੜ੍ਹਦੇ ਹੋ ਨਾ, ਪਾਠ ਕਰਨ ਲੱਗੇ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਇਹ ਸਾਰੇ ਭੂਤਾਂ ਦੇ ਨਾਮ ਨੇ, ਵੱਖਰੇ ਵੱਖਰੀਆਂ ਉਹਨਾਂ ਦੀਆਂ ਕੈਟਾਗਰੀਆਂ ਨੇ, ਹੈ ਸਾਰੇ ਉਹੀ। ਜਿਵੇਂ ਫੌਜ ਦੇ ਵਿੱਚ ਹੁੰਦਾ ਨਾ ਵੀ ਇਹ ਫੌਜ ਜਿਹੜੀ ਹੈ ਇਹ ਰਾਖੀ ਕਰਨ ਵਾਲੀ ਹੈ, ਲੜਨ ਵਾਲੀ ਹੈ, ਇਹ ਕਮਾਂਡੋ ਵਾਲੀ ਹੈ ਤਾਂ ਫੌਜ ਹੀ ਹੈ। ਇਹ ਪ੍ਰੇਤਾਂ ਭੂਤਾਂ ਦੀ ਹੈ ਫੌਜ ਹੀ ਹੈ, ਨਾਮ ਹੀ ਵੱਖਰੇ ਵੱਖਰੇ, ਕਈ ਕੋਟ ਭੂਤ ਅਤੇ ਪ੍ਰੇਤ ਅਤੇ ਸੂਕਰ ਅਤੇ ਮਿਰਗਾਚ, ਇਹਨਾਂ ਦੇ ਵੱਖਰੀਆਂ ਵੱਖਰੀਆਂ ਸ਼੍ਰੇਣੀਆਂ ਨੇ, ਹੈ ਸਾਰੇ ਭੂਤ ਹੀ ਨੇ। ਜਦੋਂ ਇਹ ਬਚਨ ਕੀਤਾ ਮਹਾਰਾਜ ਨੇ ਤਾਂ ਜਿੰਨੇ ਰਾਹ ਸਨ ਨਾ, ਰਾਹਾਂ ਦੇ ਰਾਹ ਹੀ ਭਰੇ ਹੋਏ ਇਹਨਾਂ ਦੇ ਨਾਲ ਦਿਸਣ ਲੱਗ ਪਏ ਸਾਰਿਆਂ ਨੂੰ, ਬੜੇ ਹੈਰਾਨ ਹੋਏ। ਅਤੇ ਉਸ ਵੇਲੇ ਪਾਤਸ਼ਾਹ ਨੇ ਫਿਰ ਕਿਹਾ ਵੀ ਦੱਸੋ ਸਾਡੇ ਸਿੱਖਾਂ ਨੂੰ ਵੀ ਤੁਹਾਡੀ ਗਿਣਤੀ ਕਿੰਨੀ ਕੁ? ਕਹਿੰਦੇ ਵੀ ਇੰਨੀ ਗਿਣਤੀ ਹੈ ਵੀ ਸਾਡੇ ਤਾਂ ਰਾਹਾਂ ਦੇ ਰਾਹ ਹੀ ਭਰੇ ਹੋਏ, ਸਾਨੂੰ ਤਾਂ ਖੁਦ ਨਹੀਂ ਪਤਾ ਵੀ ਅਸੀਂ ਕਿੰਨੇ ਕੁ ਦੁਨੀਆਂ ਦੇ। ਅਧੋਗਤੀ ਜਿਹੜੀਆਂ ਰੂਹਾਂ ਹੁੰਦੀਆਂ ਨੇ ਨਾ, ਪਾਪੀ ਜਿਹੜੇ ਬਹੁਤਾ ਵੱਡਾ ਪਾਪ ਨੀਚ ਕਰਮ ਕਰਦੇ, ਉਹ ਫਿਰ ਪਾਪਾਂ ਕਰਕੇ ਇੰਨੇ ਭਾਰੇ ਹੋ ਜਾਂਦੇ ਵੀ ਫਿਰ ਉਹ ਮੁਕਤ ਨਹੀਂ ਹੋ ਸਕਦੇ, ਉਹ ਫਿਰ ਉੱਥੇ ਹੀ ਬੈਠੇ ਰਹਿੰਦੇ ਪ੍ਰੇਤ ਬਣ ਕੇ ਅਤੇ ਦੁਨੀਆਂ ਨੂੰ ਦੁੱਖ ਦਿੰਦੇ ਰਹਿੰਦੇ। ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲ ਜਿਹੜਾ ਪ੍ਰੇਤ ਆਇਆ ਸੀ ਉਹਨੇ ਵੀ ਕਿਹਾ ਸੀ ਨਾ, ਮੈਂ ਸਹੁੰ ਖਾਧੀ ਹੈ, ਮੈਂ ਪਾਪ ਹੀ ਇੰਨਾ ਵੱਡਾ ਕੀਤਾ ਮਹਾਰਾਜ, ਉਹ ਪਾਪ ਨੇ ਮੈਨੂੰ ਮੁਕਤ ਨਹੀਂ ਹੋਣ ਦਿੱਤਾ, ਮੈਂ ਪ੍ਰੇਤ ਬਣ ਕੇ ਇੱਥੇ ਬੈਠਾ। ਪ੍ਰੇਤ ਪਿੰਜਰ ਮੈਂ ਦੁੱਖ ਹਨੇਰੇ, ਗੁਰਬਾਣੀ 'ਚ ਲਿਖਿਆ। ਵੈਸੇ ਤਾਂ ਅੱਜ ਕੱਲ੍ਹ ਕਈ ਲੋਕ ਕਹਿੰਦੇ ਵੀ ਭੂਤ ਪ੍ਰੇਤ ਹੁੰਦਾ ਨਹੀਂ ਹੈ,
ਪਰ ਗੁਰਬਾਣੀ ਦਾ ਇਹ ਮਹਾਂਵਾਕ ਹੈ ਵੀ ਪ੍ਰੇਤ ਪਿੰਜਰ ਮੈਂ ਦੁੱਖ ਹਨੇਰੇ, ਵੀ ਪ੍ਰੇਤ ਦੇ ਸਰੀਰ ਵਿੱਚ ਬੜਾ ਦੁੱਖ ਮਿਲਦਾ। ਅਤੇ ਭੂਤ ਪ੍ਰੇਤ ਉਹ ਬਣਦਾ ਹੈ ਜਿਹੜੀ ਅਧੋਗਤੀ ਰੂਹ ਹੈ, ਜਿਹੜੀ ਸਮੇਂ ਤੋਂ ਅੱਗੇ ਪਿੱਛੇ ਹੋ ਕੇ ਜਿਸਨੇ ਆਪਣੇ ਆਪ ਨੂੰ ਮਾਰਿਆ ਹੈ, ਜਾਂ ਜਿਹਨੇ ਪਾਪ ਹੀ ਕੋਈ ਇਹੋ ਜਿਹਾ ਵੱਡਾ ਕਰ ਲਿਆ ਵੀ ਉਹਦੇ ਪਾਪ ਦਾ ਛੁਟਕਾਰਾ ਹੋਇਆ ਹੀ ਨਹੀਂ, ਉਹ ਪਾਪ ਕਰ ਭਾਰ ਪਾਪ ਦੇ ਭਾਰ ਕਰਕੇ ਉੱਥੇ ਹੀ ਵੱਜ ਕੇ ਬੈਠਾ ਹੈ। ਇਸ ਤਰ੍ਹਾਂ ਇਹ ਪ੍ਰੇਤਾਂ ਭੂਤਾਂ ਦੀਆਂ ਜੂਨਾਂ ਜਿਹੜੀਆਂ ਨੇ ਉਹ ਪ੍ਰਾਪਤ ਹੁੰਦੀਆਂ। ਰੋ ਵਿਚਾਰ ਇਹ ਹੈ, ਮਹਾਰਾਜ ਦੇ ਅੱਗੇ ਬਚਨ ਕਰਦੇ ਪਏ, ਕਹਿਣ ਲੱਗੇ ਸੱਚੇ ਪਾਤਸ਼ਾਹ ਬਚਨ ਇਹ ਹੈ, ਕੋਈ ਤੁਹਾਡਾ ਸਿੱਖ ਇਹੋ ਜਿਹਾ ਹੋਵੇ ਕਰਨੀ ਵਾਲਾ ਬੰਦਗੀ ਵਾਲਾ ਜਿਹੜਾ ਮੇਰੇ ਵਾਸਤੇ ਕਿਰਪਾ ਕਰੇ ਅਤੇ ਪ੍ਰੇਤ ਨੂੰ ਇਹੋ ਜਿਹਾ ਮੇਰੇ ਘਰੋਂ ਕੱਢੇ ਵੀ ਦੁਬਾਰਾ ਨਾ ਆਵੇ, ਕੋਈ ਹੈ ਤੇ ਮੇਰੇ ਤੇ ਕਿਰਪਾ ਕਰੋ। ਬਹੁਰ ਨਾ ਆਏ ਪਰਵਿਸ਼ਨ ਜੈਸੇ, ਮਹਾਰਾਜ ਫਿਰ ਦੁਬਾਰਾ ਨਾ ਆਵੇ ਉਹ ਪ੍ਰੇਤ, ਦੁਬਾਰਾ ਨਾ ਆ ਕੇ ਪਹੁੰਚੇ, ਇੱਕ ਵਾਰੀ ਚਲਾ ਜਾਵੇ ਤੇ ਆਪ ਕਿਰਪਾ ਕਰ ਦਿਓ। ਬਹੁ ਉਪਚਾਰ ਕਰੇ ਸਭ ਹਾਰੇ, ਦੱਸਦਾ ਪਿਆ ਕਿਉਂਕਿ ਜਦੋਂ ਆਪਾਂ ਨੂੰ ਕੋਈ ਦੁੱਖ ਹੁੰਦਾ ਉਦੋਂ ਆਪਾਂ ਸਾਰੇ ਥਾਵਾਂ 'ਤੇ ਹੀ ਜਾ ਕੇ ਆਪਣਾ ਨੱਕ ਗੋਡਾ ਰਗੜੀਦਾ, ਜੋ ਵੀ ਕੋਈ ਦਵਾਈ ਕਵੇ ਉਹ ਖਾ ਲਈਦੀ ਹੈ, ਜਿਹੜਾ ਕੋਈ ਪਰਹੇਜ ਕਵੇ ਉਹ ਕਰ ਲਈਦਾ ਵੀ ਸਾਨੂੰ ਇੱਥੋਂ ਆਰਾਮ ਆਵੇ ਇੱਥੋਂ ਆਰਾਮ ਆਵੇ। ਇਹ ਦੱਸਦਾ ਪਿਆ ਵੀ ਮਹਾਰਾਜ ਜਦੋਂ ਪ੍ਰੇਤ ਮੇਰੀ ਧੀ ਨੂੰ ਚਿੰਬੜਿਆ ਨਾ, ਮੈਨੂੰ ਜਿੱਥੇ ਵੀ ਕਿਸੇ ਨੇ ਕਿਹਾ ਨਾ ਵੀ ਇੱਥੇ ਕਾਲੇ ਇਲਮਾਲਾ ਰਹਿੰਦਾ, ਇੱਥੇ ਫਲਾਣਾ ਰਹਿੰਦਾ ਮੰਤਰ ਮਾਰਨ ਵਾਲਾ, ਇੱਥੇ ਜੋਗੀ ਹੈ, ਇੱਥੇ ਕੋਈ ਪੀਰ ਹੈ, ਕਹਿੰਦਾ ਮੈਂ ਉੱਥੇ ਉੱਥੇ ਗਿਆ ਮਹਾਰਾਜ ਸਾਰਿਆਂ ਥਾਵਾਂ 'ਤੇ, ਪਰ ਮੇਰਾ ਛੁਟਕਾਰਾ ਨਹੀਂ ਕਿਸੇ ਨੇ ਕਰਾਇਆ, ਤੇ ਮਹਾਰਾਜ ਤੁਹਾਡੇ ਦਰ ਤੇ ਆਇਆ ਤੇ ਆਪ ਕਿਰਪਾ ਕਰੋ। ਕੋ ਨਹਿ ਸਕਿਓ ਤਾਹੇ ਨਿਰਵਾਰੇ, ਮਹਾਰਾਜ ਇਹ ਪ੍ਰੇਤ ਏਡਾ ਜ਼ਬਰਦਸਤ ਹੈ, ਇੰਨਾ ਬਲ ਵਾਲਾ ਵੀ ਇਹਨੂੰ ਕੋਈ ਦੂਰ ਕਰ ਹੀ ਨਹੀਂ ਸਕਿਆ। ਗੁਰਮੁਖੋ ਪ੍ਰੇਤਾਂ ਵਿੱਚ ਵੀ ਬੜਾ ਬੜਾ ਬਲ ਹੈ, ਵੱਡੇ ਵੱਡੇ ਦਿਓ ਪ੍ਰੇਤਾਂ ਦੇ ਸਰਦਾਰ ਜਿਹੜੇ, ਅਤੇ ਉਹ ਜਿਹੜੇ ਨੇ ਉਹ ਬੜਾ ਬਲ ਰੱਖਦੇ, ਨਿੱਕੇ ਮੋਟੇ ਤਾਂਤਰਿਕਾਂ ਦੀਆਂ ਅਤੇ ਉਹ ਪੂਛਾਂ ਚੁਕਾ ਦਿੰਦੇ ਜਦੋਂ ਆਪਣੀ ਆਈ 'ਤੇ ਆਉਂਦੇ। ਸੋ ਇਹ ਜਿਹੜੇ ਪ੍ਰੇਤ ਨੇ ਕਹਿਣ ਲੱਗੇ ਵੀ ਏਡਾ ਵੱਡਾ ਪ੍ਰੇਤ ਚਿੰਬੜਿਆ ਆ ਕੇ ਵੀ ਇਹ ਕਿਸੇ ਤੋਂ ਵੱਸ ਹੀ ਨਹੀਂ ਆਇਆ, ਬੜੇ ਬੜੇ ਮੰਤਰ ਮਾਰਨ ਵਾਲੇ ਮਾਰ ਕੇ ਹਟ ਗਏ ਹਨ। ਤੇ ਮੈਂ ਗੁਰਸਭਾ ਮਝਾਰੀ, ਇਸ ਕਰਕੇ ਮਹਾਰਾਜ ਤੁਹਾਡੇ ਦਰ ਤੋਂ ਵੱਡਾ ਦਰ ਕੋਈ ਨਹੀਂ ਹੈ। ਵੇਖੋ ਇੱਕ ਮੁਸਲਮਾਨ ਨੂੰ ਇਹ ਸਮਝ ਆ ਗਿਆ ਵੀ ਗੁਰੂ ਪਾਤਸ਼ਾਹ ਦੇ ਦਰ ਤੋਂ ਵੱਡਾ ਦਰ ਕੋਈ ਨਹੀਂ। ਮੁਸਲਮਾਨ ਆਪਣੇ ਦੁੱਖ ਕਰਕੇ ਗੁਰੂ ਘਰ ਆਇਆ ਅਤੇ ਅੱਜ ਗੁਰੂ ਘਰ ਸਿੱਖ ਦੁਖੀ ਹੋ ਕੇ ਮੁਸਲਮਾਨ ਕੋਲ ਚਲੇ ਜਾਂਦਾ, ਇਹ ਮੈਨੂੰ ਮੰਤਰ ਦੇਵੇ, ਇਹ ਕੋਈ ਇਲਮ ਕਰਕੇ ਦੇਵੇ, ਕੋਈ ਕਿੱਲ ਮੈਨੂੰ ਬਣਾ ਕੇ ਦੇਵੇ, ਕੋਈ ਪੁੜੀ ਬਣਾ ਕੇ ਦੇਵੇ, ਕੋਈ ਧਾਗਾ ਦੇਵੇ ਤਾਂ ਮੈਂ ਸੁਖੀ ਹੋਵਾਂ। ਜਦੋਂ ਉਹਨਾਂ 'ਤੇ ਬਿਪਤਾ ਪੈਂਦੀ ਹੈ, ਮੁਸਲਮਾਨ ਗੁਰੂ ਦੇ ਘਰ ਆਇਆ, ਅੱਜ ਗੁਰੂ ਦਾ ਸਿੱਖ ਮੁਸਲਮਾਨ ਕੋਲ ਜਾ ਕੇ ਧਾਗਾ ਕਰਾਉਂਦਾ, ਅਤੇ ਜਿਹੜੇ ਬ੍ਰਾਹਮਣ ਨੇ ਕਸ਼ਮੀਰ ਦੇ, ਜਦੋਂ ਉਹਨਾਂ 'ਤੇ ਬਿਪਤਾ ਪਈ ਨਾ, ਅਤੇ ਕਸ਼ਮੀਰ ਦੇ ਬ੍ਰਾਹਮਣ ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲ ਆਏ, ਬਿਪਤਾ ਪਈ, ਮਹਾਰਾਜ ਤੁਹਾਡੇ ਬਿਨਾਂ ਕਿਸੇ ਨੇ ਬਾਹ ਨਹੀਂ ਫੜਨੀ, ਕਿਰਪਾ ਕਰੋ। ਜਿਹੜੇ ਬ੍ਰਾਹਮਣ ਗੁਰੂ ਕੋਲ ਆਉਂਦੇ ਪਏ, ਅੱਜ ਸਿੱਖ ਉਹਨਾਂ ਬ੍ਰਾਹਮਣਾਂ ਦੇ ਕੋਲ ਜਾ ਕੇ ਪੱਤਰੀ ਖਲਾਉਂਦਾ, ਸਾਇਆ ਖਲਾਉਂਦਾ ਹੈ, ਸਮਾਂ ਵਿਚਾਰਦਾ ਹੈ, ਮਹੂਰਤ ਕਢਾਇਆ ਜਾਂਦਾ ਵੀ ਕਿਹੜਾ ਸ਼ਗਨ ਸ਼ੁਭ ਹੈ ਅਤੇ ਕਿਹੜਾ ਅਸ਼ੁਭ ਹੈ। ਸਾਡਾ ਜੀਵਨ ਕਿੰਨਾ ਗਿਰ ਗਿਆ, ਕਿੰਨਾ ਨੀਵਾਂ ਚਲੇ ਗਏ, ਬਹੁਤਾ ਹੀ ਨੀਵਾਂ ਚਲੇ ਗਏ। ਰੋ ਵਿਚਾਰ, ਦੁਨੀਆਂ ਦੀ ਹਾਲਤ ਇਸ ਤਰ੍ਹਾਂ ਦੀ ਹੈ। ਆਪਾਂ ਇਹ ਪ੍ਰਸੰਗ ਸਰਵਣ ਕਰਦੇ ਪਏ, ਕਹਿੰਦਾ ਮਹਾਰਾਜ ਬੜੀਆਂ ਜਗ੍ਹਾ 'ਤੇ ਗਿਆ, ਪ੍ਰੇਤ ਇੰਨੇ ਤਾਕਤ ਵਾਲਾ ਵੀ ਕਿਸੇ ਤੋਂ ਮੇਰਾ ਉਪਚਾਰ ਨਹੀਂ ਹੋਇਆ, ਮੈਂ ਤੁਹਾਡੇ ਦਰ 'ਤੇ ਆਇਆ, ਮੇਰੇ 'ਤੇ ਕਿਰਪਾ ਕਰੋ। ਅਰਜ਼ ਉਚਾਰੀ ਸਭਨ ਅਗਾਰੀ, ਅਤੇ ਗੁਰਮੁਖੋ ਜਦੋਂ ਬੰਦੇ ਨੂੰ ਦੁੱਖ ਹੁੰਦਾ ਨਾ, ਤਾਂ ਸਿਆਣਿਆਂ ਦੀ ਕਹਾਵਤ ਇਹ ਹੈ ਵੀ ਫਿਰ ਸ਼ਰਮ ਜਾਂ ਝਾਕ ਨਹੀਂ ਰੱਖਣਾ ਚਾਹੀਦਾ, ਕੋਠੇ ਚੜ੍ਹ ਕੇ ਰੌਲਾ ਪਾਉਣਾ ਚਾਹੀਦਾ। ਅਤੇ ਜੇ ਆਪਾਂ ਕਿਸੇ ਨੂੰ ਦੁੱਖ ਦੱਸਾਂਗੇ ਨਾ, ਤਾਂ ਫਿਰ ਹੀ ਦਵਾਈ ਹੋਵੇਗੀ। ਜੇ ਆਪਾਂ ਚੁੱਪ ਕਰਕੇ ਬੈਠੇ ਰਹਾਂਗੇ, ਦੁੱਖ ਅੰਦਰੋਂ ਅੰਦਰ ਹੀ ਖਾ ਜਾਂਦਾ, ਕਦੇ ਵੀ ਬਿਮਾਰੀ ਛੁਪਾ ਕੇ ਨਹੀਂ ਰੱਖਣੀ ਚਾਹੀਦੀ।
ਅਤੇ ਆਪਣੇ ਪੁੱਤਰ ਧੀ ਦੇ ਔਗਣ ਦੇ ਉੱਪਰ ਕਦੇ ਪਰਦਾ ਨਹੀਂ ਪਾਉਣਾ ਚਾਹੀਦਾ। ਦੁਨੀਆ ਵੱਲ ਪਰਦਾ ਤਾਂ ਪਾ ਦੇਗਾ ਵੀ ਮੇਰਾ ਬੜਾ ਬੀਬਾ ਹੈ, ਬੜਾ ਲਾਇਕ ਹੈ, ਬੜਾ ਇਹ ਤਾਂ ਸਾਊ ਹੈ, ਪਰ ਦੁਨੀਆ ਨੂੰ ਤੇਰੇ ਨਾਲੋਂ ਪਹਿਲਾਂ ਪਤਾ ਲੱਗ ਜਾਣਾ ਵੀ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਊਣਤਾਈਆਂ ਨੇ। ਜਿੰਨਾ ਪਰਦਾ ਪਾਵੇਂਗਾ ਉਨਾ ਵੱਧ ਵਿਗੜੇਗਾ। ਇਸ ਕਰਕੇ ਨਹੀਂ ਪਰਦਾ ਨਹੀਂ ਪਾਉਣਾ ਚਾਹੀਦਾ। ਬਚਨ ਇਹ ਆ ਗਿਆ, ਕਹਿਣ ਲੱਗਾ ਮਹਾਰਾਜ ਵੀ ਆਪ ਕਿਰਪਾ ਕਰੋ, ਜਦੋਂ ਦੁੱਖ ਆਵੇ ਉਦੋਂ ਫਿਰ ਬੰਦਾ ਨਿਝਾਕ ਹੋ ਕੇ ਦੱਸਦਾ ਵੀ ਕਿਤੇ ਮੈਨੂੰ ਦਾਰੂ ਮਿਲੇ। ਇਹ ਵਿਚਾਰਾ ਦੁਖੀ ਹੈ ਮੁਸਲਮਾਨ, ਅਤੇ ਇਹਨੇ ਸਾਰੀ ਸਭਾ ਵਿੱਚ ਜਿਵੇਂ ਆਪਣਾ ਦੀਵਾਨ ਸਜਿਆ ਨਾ, ਇਸ ਤਰ੍ਹਾਂ ਦੀਵਾਨ ਵਿੱਚ ਆ ਕੇ ਇਹਨੇ ਉੱਚੀ ਆਵਾਜ਼ 'ਚ ਆਖਿਆ, ਮਹਾਰਾਜ ਕਰੋ ਕਿਰਪਾ, ਮੇਰੀ ਧੀ ਬੜੀ ਦੁਖੀ ਹੈ, ਆਪ ਮੇਰੇ 'ਤੇ ਮਿਹਰ ਕਰੋ। ਸੁਣ ਸਭ ਭਗਤੇ ਕੀ ਦਸ਼ਹਿਰਾ। ਉਸ ਵੇਲੇ ਜਦੋਂ ਸਾਰੀ ਸੰਗਤ ਵਿੱਚ ਬਚਨ ਹੋਇਆ ਨਾ, ਉੱਥੇ ਭਾਈ ਭਗਤਾ ਬੈਠਾ ਸੀਗਾ, ਭਾਈ ਬਹਿਲੋ ਜੀ ਦਾ ਪੋਤਰਾ। ਅਤੇ ਹੁਣ ਮੰਨ ਲਓ ਵੀ ਆਪਾਂ ਨੂੰ ਕੋਈ ਇਹ ਗੱਲ ਆਖੇ ਵੀ ਮੈਂ ਬਿਮਾਰ ਹਾਂ, ਅਤੇ ਸਾਡੇ ਵਿੱਚ ਕੋਈ ਡਾਕਟਰ ਬੈਠਾ ਹੋਵੇ ਤਾਂ ਅਸੀਂ ਸਾਰਿਆਂ ਨੇ ਉਹਦੇ ਵੱਲ ਵੇਖਣਾ ਹੈ ਵੀ ਇਹ ਹੁਣ ਕਰੇ, ਕਿਉਂਕਿ ਸਾਨੂੰ ਪਤਾ ਵੀ ਡਾਕਟਰ ਦੇ ਕੋਲ ਹੀ ਇਹਦਾ ਹੱਲ ਹੈ, ਅਸੀਂ ਸਾਰੇ ਜਣੇ ਉੱਧਰ ਹੀ ਵੇਖਾਂਗੇ ਨਾ। ਹੁਣ ਭਾਈ ਭਗਤਾ ਬੈਠਾ ਸੀ ਅਤੇ ਸਾਰੀ ਸੰਗਤ ਨੂੰ ਪਤਾ ਸੀ ਵੀ ਜਿੰਨੇ ਦੁਨੀਆਂ ਦੇ ਭੂਤ ਪ੍ਰੇਤ ਨੇ ਸਾਰੇ ਇਹਦੇ ਹੁਕਮ ਦੇ ਵਿੱਚ ਨੇ। ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਸੇਵਾ ਕਰਵਾਈ ਸੀ ਨਾ ਭਾਈ ਬਹਿਲੋ ਜੀਆਂ ਤੋਂ, ਅਤੇ ਮਹਾਰਾਜ ਬੜੇ ਖੁਸ਼ ਹੋਏ ਸਨ, ਅਤੇ ਮਹਾਰਾਜ ਨੇ ਆਖਿਆ ਸੀ ਭਾਈ ਬਹਿਲੋ ਜੀ ਤੂੰ ਭੂਤਾਂ ਪ੍ਰੇਤਾਂ ਦਾ ਸਰਦਾਰ ਹੋਵੇਂਗਾ, ਦੁਨੀਆਂ ਦੇ ਕੁੱਲ ਭੂਤ ਤੇਰੇ ਹੁਕਮ ਦੇ ਵਿੱਚ ਹੋਣਗੇ, ਜੋ ਤੂੰ ਚਾਹਵੇਂਗਾ ਉਹੀ ਕਰਨਗੇ, ਤੇਰੇ ਹੁਕਮ ਤੋਂ ਬਾਹਰ ਹੀ ਨਹੀਂ ਹੋਣਗੇ। ਉਦੋਂ ਫਿਰ ਇਹਨੂੰ ਭੂਤਾਂ ਦਾ ਸਰਦਾਰ ਬਣਾਇਆ ਸੀ, ਅਤੇ ਉਦੋਂ ਫਿਰ ਭਾਈ ਬਹਿਲੋ ਨੇ ਨਾ ਭੂਤਾਂ ਦੇ ਕੋਲੋਂ ਇੱਟਾਂ ਚੁਕਵਾਈਆਂ ਸਨ ਖੂਹ ਬਣਾਉਣ ਵਾਸਤੇ ਨਾ, ਲਾਹੌਰ ਤੋਂ ਕਿਹਾ ਸੀ ਜਾਓ ਇੱਟਾਂ ਲੈ ਕੇ ਆਓ ਮੇਰੇ ਖੂਹ ਵਾਸਤੇ। ਲਾਹੌਰੋਂ ਇੱਟਾਂ ਲੈ ਕੇ ਉਹ ਜਿਹੜੇ ਭੂਤ ਸਨ ਭਗਤਾ ਭਾਈ ਕਾ ਜਾ ਕੇ ਪਹੁੰਚੇ ਸਨ ਖੂਹ ਬਣਾਉਣ ਵਾਸਤੇ। ਉਹ ਵੀ ਪ੍ਰਸੰਗ ਆਪਾਂ ਅੱਗੇ ਸਰਵਣ ਕਰਾਂਗੇ। ਇਤਿਹਾਸ ਇਹ ਚੱਲਦਾ ਪਿਆ ਵੀ ਇਹ ਸਾਰੀ ਜ਼ਿੰਮੇਵਾਰੀ ਭਾਈ ਬਹਿਲੋ ਦੀ ਹੈ, ਭੂਤਾਂ ਪ੍ਰੇਤਾਂ ਦਾ ਸਰਦਾਰ ਬਣਾਇਆ, ਅਤੇ ਇਹ ਭਾਈ ਬਹਿਲੋ ਜੀ ਦਾ ਪੋਤਰਾ ਹੈ ਭਾਈ ਭਗਤਾ, ਅਤੇ ਬੜੀ ਕਿਰਪਾ ਹੈ ਗੁਰਮੁਖ ਇਹਦੇ ਉੱਪਰ, ਇਹਦਾ ਵੀ ਇਤਿਹਾਸ ਸਰਵਣ ਕਰਾਂਗੇ। ਇੱਕ ਵਾਰੀ ਇਸਨੇ ਪਰਾਤ ਮੰਗ ਲਈ ਸੀਗੀ ਸੰਗਤ ਵਾਸਤੇ, ਅਤੇ ਨਹੁੰ ਨੇ ਜਵਾਬ ਦੇ ਦਿੱਤਾ ਵੀ ਮੇਰੇ ਪੁੱਤਰ ਇਹਦੇ ਵਿੱਚ ਨਹਾਉਂਦੇ ਪਏ ਨੇ, ਮੈਂ ਪਰਾਤ ਨਹੀਂ ਦੇਣੀ, ਅਤੇ ਬੈਠਿਆਂ ਸੁਭਾਵਿਕ ਹੀ ਕਹਿ ਦਿੱਤਾ, ਕਹਿੰਦੇ ਜਿਸ ਪੁੱਤਰਾਂ ਦਾ ਮੋਹ ਕਰਕੇ ਤੂੰ ਜਾਂ ਹੰਕਾਰ ਕਰਕੇ ਪਰਾਤ ਨਹੀਂ ਨਾ ਦਿੱਤੀ, ਪਰਾਤ ਇੱਥੇ ਪਈ ਰਹਿ ਜਾਏਗੀ, ਤੇਰੇ ਪੁੱਤਰ ਨਹੀਂ ਰਹਿਣੇ। ਵਾਹਿਗੁਰੂ ਆਪਣੇ ਘਰੇ ਆਪੇ ਹੀ ਬਚਨ ਕਹਿ ਦਿੱਤਾ, ਪਰਾਤ ਇੱਥੇ ਰਹਿ ਜਾਣੀ ਹੈ, ਨਹਾਉਂਦੇ ਪਏ ਜਿਨ੍ਹਾਂ ਦੇ ਹੰਕਾਰ ਨਾਲ ਤੂੰ ਆਖਿਆ ਵੀ ਮੇਰੇ ਤਿੰਨ ਪੁੱਤਰ ਨੇ ਪਰਾਤ ਵਿੱਚ ਬੈਠੇ ਨਹਾਉਂਦੇ, ਛੋਟੇ ਛੋਟੇ ਉਹ ਬੱਚੇ ਸਨ, ਕਹਿੰਦੇ ਪਰਾਤ ਇੱਥੇ ਰਹਿ ਜਾਣੀ, ਤੇਰੇ ਪੁੱਤਰ ਨਹੀਂ ਉਹ ਇੱਥੇ ਰਹਿਣੇ, ਅਤੇ ਸਾਰੇ ਹੀ ਮਰ ਗਏ ਸਨ। ਐਸੀ ਇਹਨਾਂ ਦੀ ਬੰਦਗੀ ਹੈ, ਐਸਾ ਇਹਨਾਂ ਦਾ ਜੀਵਨ ਹੈ ਵੀ ਮੋਹ ਇਹਨਾਂ ਦੇ ਵਿੱਚ ਬਿਲਕੁਲ ਨਹੀਂ ਹੈ, ਐਸੀ ਬੰਦਗੀ ਵਾਲੀ ਆਤਮਾ ਹੈ। ਇਹ ਭਾਈ ਬਹਿਲੋ ਜੀਆਂ ਨੇ ਐਸੇ ਬਚਨ ਜਿਹੜੇ ਨੇ ਆਪਣੇ ਸਮੇਂ ਬਖਸ਼ਿਸ਼ ਕੀਤੇ, ਇਸ ਤਰ੍ਹਾਂ ਆਪਣੀ ਨਹੁੰ ਨੂੰ ਇਹ ਕਹਿ ਦਿੱਤਾ ਸੀ ਵੀ ਤੇਰੇ ਰਹਿਣੇ ਨਹੀਂ ਪੁੱਤਰ, ਆਪਦੀ ਵੀ ਤਾਂ ਕੁੱਲ ਪੋਤਰੇ ਤਾਂ ਆਪਣੇ ਹੀ ਨੇ, ਪਰ ਨਹੀਂ ਬਾਅਦ ਵਿੱਚ ਪੁੱਤਰ ਨੇ ਸੇਵਾ ਕਰਕੇ ਚਲੋ ਵਰ ਲਿਆ, ਉਹ ਆਪਾਂ ਇਤਿਹਾਸ ਸਰਵਣ ਕਰ ਲਵਾਂਗੇ। ਉਹਨਾਂ ਦੀ ਕੁੱਲ ਵਿੱਚੋਂ ਨੇ ਭਾਈ ਭਗਤੂ ਜੀ, ਅਤੇ ਹੁਣ ਭੂਤਾਂ ਪ੍ਰੇਤਾਂ ਦੀ ਇਸ ਵਾਲੀ ਜਥੇਦਾਰੀ ਇਹਨਾਂ ਦੇ ਕੋਲ ਹੈ, ਇਹ ਨੇ ਉਹਨਾਂ ਨੂੰ ਵੱਸ ਕਰਕੇ ਬੈਠੇ, ਸਾਰੀ ਸੰਗਤ ਨੇ ਉਹਨਾਂ ਵੱਲ ਵੇਖਿਆ ਭਾਈ ਭਗਤੇ ਵੱਲ ਵੀ, ਹੁਣ ਭਾਈ ਭਗਤਾ ਜੀ ਕੁਛ ਕਰ ਸਕਦੇ ਹਨ। ਰੁੱਖ ਪਰਖਤ ਬੋਲਿਓ ਤਿਸ ਬੇਰਾ। ਉਸ ਵੇਲੇ ਭਾਈ ਭਗਤੇ ਨੇ ਵੇਖਿਆ ਵੀ ਸਾਰੀ ਸੰਗਤ ਮੇਰੇ ਵੱਲ ਵੇਂਹਦੀ ਪਈ ਹੈ, ਇਹਦਾ ਮਤਲਬ ਵੀ ਸੰਗਤ ਦਾ ਹੁਕਮ ਹੈ, ਹੁਣ ਸੰਗਤ ਵੇਖੇਗੀ ਤਾਂ ਹੁਕਮ ਹੀ ਹੋ ਗਿਆ ਨਾ, ਵੱਡੇ ਵੱਡੇ ਹੁਕਮ ਮੰਨਦੇ ਸੰਗਤ ਦਾ, ਅਤੇ ਭਾਈ ਭਗਤਾ ਜੀ ਜਾਣ ਗਿਆ ਵੀ ਸੰਗਤ ਦਾ ਹੁਕਮ ਹੈ, ਅਤੇ ਉਸ ਵੇਲੇ ਫਿਰ ਕਹਿਣ ਲੱਗੇ ਹਨ ਨਹਿ ਚਿੰਤਾ ਕਰ ਸੁੱਖ ਹੋ ਜਾਏ ਸਤਿਗੁਰ। ਉਸ ਵੇਲੇ ਭਾਈ ਭਗਤਾ ਜੀ ਕਹਿੰਦੇ ਉਹ ਰਾਮੂ
ਫਿਕਰ ਨਾ ਕਰ, ਇਹ ਤਾਂ ਕੋਈ ਗੱਲ ਹੀ ਨਹੀਂ ਹੈ, ਨਿੱਕਾ ਮੇਰੇ ਵਾਸਤੇ ਮਾਮੂਲੀ ਕੰਮ ਹੀ ਹੈ, ਸਭ ਸੁੱਖ ਵਰਤੇਗੀ, ਚੜ੍ਹਦੀ ਕਲਾ ਹੋਵੇਗੀ, ਫਿਕਰ ਨਾ ਕਰ ਵੀ ਇਸ ਪ੍ਰੇਤ ਨੇ ਤੇਰਾ ਕੁਝ ਨਹੀਂ ਵਿਗਾੜਨਾ ਹੈ। ਹਰਖਿਓ ਰਾਮੂ ਸੇਵਕ ਮਾਏ, ਤੇ ਜਦੋਂ ਭਾਈ ਰਾਮੂ ਨੇ ਸੁਣਿਆ ਨਾ ਬਚਨ ਵੀ ਸਿੱਖ ਨੇ ਕਹਿ ਦਿੱਤਾ ਤੇ ਉਹ ਬੜਾ ਹੀ ਖੁਸ਼ ਹੋਇਆ, ਕਹਿਣ ਲੱਗਾ ਵੀ ਇਹ ਤੇ ਚਲੋ ਸਿੱਖ ਨੇ ਬਚਨ ਦੇ ਦਿੱਤਾ, ਮੰਨ ਲਓ ਵੀ ਕੰਮ ਹੋ ਹੀ ਗਿਆ। ਵੇਖੋ ਇੰਨਾ ਸਿੱਖ ਦਾ ਵਿਸ਼ਵਾਸ ਦੁਨੀਆਂ ਦੇ ਲੋਕ ਉਹਨਾਂ ਸਮਿਆਂ ਵਿੱਚ ਕਰਦੇ, ਅੱਜ ਭਾਵੇਂ ਸਿੱਖ ਦਾ ਜੀਵਨ ਡਿੱਗ ਪਿਆ ਹੈ, ਜਾਂ ਆਪਾਂ ਕਹਿ ਲਈਏ ਵੀ ਆਪਣੇ ਬਚਨ 'ਤੇ ਸਿੱਖ ਪੂਰਾ ਨਹੀਂ ਉਤਰਦਾ, ਅੱਜ ਸਭ ਤੋਂ ਵੱਢ ਜਿਹੜੀ ਠੱਗੀ ਹੈ ਨਾ ਉਹ ਧਰਮ ਦਾ ਭੇਸ ਬਣਾ ਕੇ ਮਾਰੀ ਜਾਂਦੀ। ਅਗਲਾ ਕਹਿੰਦਾ ਵੇਖੋ ਜੀ ਮੈਂ ਤਾਂ ਸਰਦਾਰ ਹਾਂ, ਨਾਲੇ ਦਾੜੇ 'ਤੇ ਹੱਥ ਫੇਰਦਾ, ਵੇਖੋ ਮੈਂ ਤਾਂ ਸਰਦਾਰ ਹਾਂ ਜੀ, ਮੈਂ ਨਹੀਂ ਇਹ ਕਰਾਂਗਾ, ਅਤੇ ਸਭ ਤੋਂ ਵੱਧ ਦੁਨੀਆਂ ਨਾਲ ਧੋਖਾ ਵੀ ਉਹੀ ਕਰਦਾ ਪਿਆ। ਕੋਈ ਆਖਦਾ ਮੈਂ ਤਾਂ ਵੇਖੋ ਜੀ ਧਾਰਮਿਕ ਆ, ਜਨੇਊ ਪਾਇਆ ਹੋਇਆ, ਮੈਂ ਤਾਂ ਜਨੇਊ ਪਾਇਆ। ਕੋਈ ਆਖਦਾ ਮੈਂ ਆ ਧਰਮ ਦਾ ਫਲਾਣਾ ਜਿਹੜਾ ਹੈ ਉਹ ਗਲ ਵਿੱਚ ਅੰਗ ਪਾਇਆ ਹੋਇਆ ਹੈ, ਵੀ ਧਰਮ ਦਾ ਚਿੰਨ੍ਹ ਪਾਇਆ ਹੋਇਆ, ਮੈਂ ਨਹੀਂ ਕਰਾਂਗਾ, ਅਤੇ ਸਭ ਤੋਂ ਵੱਧ ਕੰਮ ਵੀ ਉਹ ਕਰਦਾ ਜਿਹੜਾ ਚਿੰਨ੍ਹ ਵਿਖਾਉਂਦਾ ਪਿਆ ਧਰਮ ਦਾ। ਰੋ ਵਿਚਾਰ ਇਹ ਹੈ ਵੀ ਅੱਜ ਦੇ ਸਿੱਖ ਦਾ ਜੀਵਨ ਗਿਰ ਗਿਆ ਹੈ, ਪਰ ਉਦੋਂ ਦੇ ਸਿੱਖ ਦਾ ਜੀਵਨ ਕਿੰਨਾ, ਇੰਨਾ ਹੀ ਆਖਿਆ ਭਾਈ ਭਗਤੂ ਜੀ ਨੇ ਵੀ ਫਿਕਰ ਨਾ ਕਰ, ਤੇਰਾ ਸਭ ਕੁਝ ਠੀਕ ਹੋ ਜਾਵੇਗਾ। ਉਹ ਮੁਸਲਮਾਨ ਨੂੰ ਯਕੀਨ ਆ ਗਿਆ ਵੀ ਸਿੱਖ ਨੇ ਕਹਿ ਦਿੱਤਾ, ਸਮਝ ਲਓ ਵੀ ਕੰਮ ਹੋ ਹੀ ਗਿਆ, ਬੜਾ ਖੁਸ਼ ਹੋਇਆ ਹੈ। ਲੈ ਭਗਤੇ ਕੋ ਲਾਪੁਰ ਗਏ, ਉਸ ਵੇਲੇ ਕਹਿਣ ਲੱਗਾ ਚਲੋ ਫਿਰ ਭਾਈ ਭਗਤਾ ਜੀ ਮੇਰੇ ਪਿੰਡ ਚੱਲੋ, ਅਤੇ ਪਿੰਡ ਸੀ ਇਹਦਾ ਲਾਹੌਰ ਸ਼ਹਿਰ, ਅਤੇ ਭਾਈ ਭਗਤਾ ਜੀ ਫਿਰ ਨਾਲ ਚਲੇ ਗਏ ਹਨ। ਪਹੁੰਚੇ ਭੂਤ ਨਿਕਾਸਤ ਭਇਓ, ਭਾਈ ਭਗਤਾ ਜੀ ਨੇ ਜਦੋਂ ਚਰਨ ਪਾਏ ਉਹਨਾਂ ਵਿੱਚ ਤਾਕਤ ਹੀ ਇੰਨੀ ਹੈ, ਸਿਮਰਨ ਹੀ ਇੰਨਾ, ਭਗਤੀ ਇੰਨੀ, ਔਰ ਵਰਨੇ ਗੁਰੂ ਪਾਤਸ਼ਾਹ ਦੇ ਜਿਨ੍ਹਾਂ ਦੀ ਕੁੱਲ ਨੂੰ, ਉਹ ਭੂਤ ਉਸੇ ਵੇਲੇ ਚਰਨੀ ਢਹਿ ਪਿਆ ਅਤੇ ਕਹਿਣ ਲੱਗੇ ਚੱਲ ਜਿੱਥੇ ਬਾਕੀਆਂ ਨੂੰ ਕੈਦ ਕੀਤਾ ਨਾ ਅਸੀਂ ਚੱਲ ਜਾ ਕੇ ਉੱਥੇ ਪਹੁੰਚ, ਹੁਕਮ ਕੀਤਾ ਅਤੇ ਉਹ ਭੂਤ ਪ੍ਰੇਤ ਜਿਹੜਾ ਸੀ ਉਸੇ ਵੇਲੇ ਦੌੜ ਗਿਆ ਹੈ। ਤਬ ਦੀਵਾਨ ਕਹਿਓ ਕਰ ਜ਼ੋਰ, ਤਬ ਦੀਵਾਨ ਕਹਿਓ ਕਰ ਜ਼ੋਰ, ਉਹ ਜਿਹੜਾ ਦੀਵਾਨ ਸੀ ਰਾਮੂ ਜਿਹਦੀ ਲੜਕੀ ਦਾ ਪ੍ਰੇਤ ਕੱਢਿਆ, ਉਹ ਬੜਾ ਖੁਸ਼ ਹੋਇਆ ਵੀ ਜਿਹੜੀ ਮੁਸੀਬਤ ਵੱਡਿਆਂ ਵੱਡਿਆਂ ਤੋਂ ਹੱਲ ਨਹੀਂ ਹੋਈ ਗੁਰੂ ਦੇ ਸਿੱਖ ਨੇ ਬਚਨ ਕਰਕੇ, ਬੜਾ ਖੁਸ਼ ਹੋ ਕੇ ਅਤੇ ਹੱਥ ਜੋੜ ਕੇ ਫਿਰ ਆਖਦਾ ਹੈ। ਤਬ ਦੀਵਾਨ ਕਹਿਓ ਕਰ ਜ਼ੋਰ, ਫੁਰਮਾ ਵੋ ਕਾਰਜ ਚਿੱਤ ਲੋਰ, ਕਿਸੇ ਦਾ ਆਪਾਂ ਕੰਮ ਕਰਾਂਗੇ ਤਾਂ ਆਪਾਂ ਨੂੰ ਕਹੇਗਾ ਹੀ ਨਾ, ਜਦੋਂ ਤੁਹਾਨੂੰ ਕੋਈ ਸਾਡੇ ਗੋਚਰਾ ਲੋੜ ਪਈ ਤਾਂ ਦੱਸਿਓ ਅਸੀਂ ਆਵਾਂਗੇ। ਇਹ ਰਾਮੂ ਨੂੰ ਵੀ ਹੱਥ ਜੋੜੇ, ਕਹਿਣ ਲੱਗਾ ਭਾਈ ਭਗਤਾ ਜੀ ਵੀ ਤੁਸੀਂ ਬੜਾ ਹੀ ਮੇਰੇ 'ਤੇ ਪਾਰੋਪਕਾਰ ਕੀਤਾ, ਪਰ ਜਦੋਂ ਕਿਤੇ ਤੁਹਾਨੂੰ ਲੋੜ ਪਵੇ ਨਾ ਅਤੇ ਬਸ ਤੁਸੀਂ ਹੁਕਮ ਕਰ ਦਿਓ ਅਤੇ ਮੈਂ ਨਾ ਕਰਾਂ ਅਤੇ ਫਿਰ ਤੁਸੀਂ ਕਿਹੋ, ਮੈਂ ਤੁਹਾਡਾ ਕੰਮ ਪੈ, ਮੈਂ ਸਰਕਾਰੀ ਅਫਸਰ ਹਾਂ, ਸਰਕਾਰੀ ਬੰਦਾ ਹਾਂ, ਤੁਹਾਨੂੰ ਕੋਈ ਕੰਮ ਪਵੇ ਅਤੇ ਜਿਵੇਂ ਤੁਸੀਂ ਅੱਜ ਮੇਰੀ ਮਦਦ ਕੀਤੀ ਹੈ ਨਾ ਮੈਂ ਇਸ ਤੋਂ ਵੱਧ ਕੇ ਤੁਹਾਡੀ ਮਦਦ ਕਰਾਂਗਾ, ਮੈਨੂੰ ਹੁਕਮ ਕਰਨਾ ਕਰਿਓ। ਮੋ ਕਹੋ ਸੇਵਕ ਆਪਣੋ ਜਾਣੋ, ਮੈਨੂੰ ਆਪਣਾ ਸੇਵਕ ਜਾਣੋ, ਮੈਂ ਹਾਂ ਤੁਹਾਡਾ ਦਾਸ, ਅਤੇ ਦਾਸ ਨੂੰ ਜਿਵੇਂ ਤੁਸੀਂ ਹੁਕਮ ਕਰੋਗੇ ਮੈਂ ਉਸੇ ਵੇਲੇ ਦੌੜਿਆ ਆਵਾਂਗਾ ਤੁਹਾਡੀ ਮਦਦ ਕਰਨ ਵਾਸਤੇ। ਸੇਵ ਕੁਛ ਆਪ ਬਖਾਨੋ, ਅਤੇ ਉਸ ਵੇਲੇ ਆਪ ਕੁਝ ਮੈਨੂੰ ਸੇਵਾ ਦੱਸੋ ਵੀ ਮੈਂ ਕੁਝ ਕਰਾਂ, ਚਲੋ ਬਹੁਤੀ ਨਹੀਂ ਵੱਡੀ ਨਿੱਕੀ ਮੋਟੀ ਦੱਸ ਦਿਓ, ਮੇਰੇ ਮਨ 'ਚ ਵੀ ਥੋੜ੍ਹਾ ਚੈਨ ਆਵੇ ਵੀ ਚਲੋ ਮੈਂ ਗੁਰੂ ਦੇ ਸਿੱਖ ਦੀ ਸੇਵਾ ਕੀਤੀ ਹੈ। ਜੇ ਬਹੁਤੀ ਕੋਈ ਸੇਵਾ ਨਹੀਂ ਆਪਣੇ ਦੱਸਣੀ ਤਾਂ ਨਿੱਕੀ ਮੋਟੀ ਦੱਸ ਦਿਓ ਤਾਂ ਕਿ ਮੈਂ ਸੇਵਾ ਕਰਾਂ। ਸੁਣ ਭਗਤੋ, ਸੁਣ ਭਗਤੇ ਭਾਖਿਓ ਇਹ ਕੰਮ, ਉਸ ਵੇਲੇ ਭਾਈ ਭਗਤਾ ਜੀ ਨੇ ਸੁਣੇ ਨਾ ਬਚਨ, ਕਹਿੰਦੇ ਵੀ ਕੰਮ ਤਾਂ ਸਾਨੂੰ ਇੱਕ ਹੈ ਆ ਭਾਈ, ਪਰ ਜੇ ਤੂੰ ਹੁਣ ਸੇਵਾ ਮੰਗਦਾ ਹੀ ਪਿਆ ਤਾਂ ਫਿਰ ਅਸੀਂ ਤੈਨੂੰ ਨਾਂਹ ਵੀ ਨਹੀਂ ਕਰਾਂਗੇ, ਜੇ ਤੂੰ ਸੇਵਾ ਕਰਨੀ ਚਾਹੁੰਦਾ ਤਾਂ ਸਾਨੂੰ ਇੱਕ ਕੰਮ ਹੈ ਨਿੱਕਾ ਜਿਹਾ ਹੀ, ਅਤੇ ਜੇ ਤੂੰ ਕਰ ਸਕਦਾ ਤਾਂ ਫਿਰ ਦੱਸਣਾ ਕਰ। ਚਾਹੇ ਕੂਪ ਲਾਇਓ ਨਿਜ ਗ੍ਰਮ, ਉਹ ਜਿਹੜਾ ਰਾਮੂ ਸੀ ਨਾ ਉਹਨੇ ਹੱਥ ਜੋੜ ਕੇ ਆਖਿਆ, ਕਹਿੰਦਾ ਭਾਈ ਜੀ ਤੁਸੀਂ ਦੱਸੋ, ਭਗਤੂ ਜੀ ਦੱਸੋ ਵੀ ਸੇਵਾ ਕੀ ਹੈ, ਨਿੱਕਾ ਹੋਵੇ ਕੰਮ, ਵੱਡਾ ਹੋਵੇ, ਪਹਿਲਾਂ ਤੁਹਾਡਾ ਹੋਵੇਗਾ, ਬਾਕੀ ਦੂਜਾ ਹੋਵੇਗਾ।
ਤੇ ਭਾਈ ਭਗਤੂ ਜੀ ਕਹਿਣ ਲੱਗੇ ਵੀ ਕੰਮ ਇਹ ਹੈ ਵੀ ਮੈਂ ਆਪਣੇ ਪਿੰਡ ਦੇ ਵਿੱਚ ਖੂਹ ਲਵਾਉਣਾ ਚਾਹੁੰਦਾ ਹਾਂ ਪਾਣੀ ਦਾ। ਉਹਨਾਂ ਸਮਿਆਂ ਵਿੱਚ ਪਾਣੀ ਦਾ ਸਰੋਤ ਜਾਂ ਤਾਂ ਕੋਈ ਨਹਿਰ ਜਾਂ ਦਰਿਆ ਆਪਾਂ ਕਹਿ ਲਈਏ, ਅੱਜ ਆਪਾਂ ਨਹਿਰਾਂ ਕਹਿੰਦੇ, ਪਹਿਲਾਂ ਦਰਿਆ ਜਾਂ ਨਦੀ ਕਹਿ ਦਿੰਦੇ, ਜਾਂ ਨਦੀਆਂ ਦਾ ਪਾਣੀ ਦਰਿਆਵਾਂ ਦਾ ਲੋਕ ਪੀਂਦੇ ਅਤੇ ਜਾਂ ਫਿਰ ਖੂਹ ਦਾ, ਇਹ ਦੋ ਹੀ ਸਰੋਤ ਸਨ ਪਾਣੀ ਪੀਣ ਦੇ। ਅਤੇ ਭਾਈ ਭਗਤਾ ਜਿੱਥੇ ਨਗਰ ਹੈ ਉੱਥੇ ਗੁਰਮੁਖੋ ਰੇਤਾ ਬੀਆਬਾਨ ਜ਼ਿਆਦਾ ਸੀ ਅਤੇ ਫਸਲਾਂ ਤਾਂ ਹੋਣੀ ਥੋੜ੍ਹੇ ਸਮੇਂ ਤੋਂ, ਜਦੋਂ ਕਿਤੇ ਨਹਿਰਾਂ ਵਗੈਰਾ ਨਿਕਲੀਆਂ ਅਤੇ ਮਸ਼ੀਨਰੀ ਯੁੱਗ ਆਇਆ ਅਤੇ ਹੁਣ ਜਾ ਕੇ ਫਸਲਾਂ ਹੋਣ ਲੱਗੀਆਂ, ਪਹਿਲਾਂ ਰੇਤ ਵਗੈਰਾ ਹੋਣ ਕਰਕੇ ਉੱਥੇ ਅੱਕ ਕਾਂ ਇਹੋ ਜਿਹਾ ਰੁੱਖ ਵਗੈਰਾ ਹੀ ਹੋਇਆ ਕਰਦੇ, ਕੋਈ ਹੈ ਨਹੀਂ ਬਹੁਤੀ ਚੰਗੀ ਚੀਜ਼ ਉਹਨਾਂ ਸਮਿਆਂ 'ਚ। ਅਤੇ ਭਾਈ ਭਗਤੂ ਜੀ ਕਹਿੰਦੇ ਵੀ ਮੈਂ ਚਾਹੁੰਦਾ ਹਾਂ ਵੀ ਆਪਣੇ ਨਗਰ ਵਿੱਚ ਇੱਕ ਖੂਹ ਲਵਾਵਾਂ ਤਾਂ ਕਿ ਆਏ ਗਏ ਲੋਕ ਉੱਥੋਂ ਪਾਣੀ ਪੀਣ। ਪਾਣੀ ਪਿਆਉਣ ਦੀ ਬੜੀ ਵੱਡੀ ਅਸੀਸ ਹੈ ਨਾ, ਬੜਾ ਵੱਡਾ ਪੁੰਨ ਹੈ ਪਾਣੀ ਪਿਆਉਣ, ਅਤੇ ਮੈਂ ਆਪਣੇ ਪਿੰਡ ਖੂਹ ਲਾਉਣਾ ਚਾਹੁੰਦਾ ਹਾਂ। ਦੁਰਲੱਭ ਤਾਂ ਈਟਕਾ ਹੈ, ਪਰ ਉੱਥੇ ਇੱਟਾਂ ਮਿਲਣੀਆਂ ਬੜੀਆਂ ਔਖੀਆਂ ਨੇ, ਕਿਉਂਕਿ ਉਹਨੇ ਪੁੱਛਿਆ ਨਾ ਰਾਮੂ ਨੇ, ਕਹਿੰਦਾ ਜੀ ਖੂਹ ਲਾਉਣਾ ਤਾਂ ਆਪਦੇ ਪਿੰਡੋਂ ਇੱਟਾਂ ਲੈ ਲਓ, ਮੈਂ ਖਰਚਾ ਦੇ ਦਿੰਦਾ। ਅਤੇ ਭਾਈ ਭਗਤਾ ਜੀ ਕਹਿੰਦੇ ਵੀ ਨਹੀਂ, ਸਾਨੂੰ ਇੱਟਾਂ ਉੱਥੋਂ ਮਿਲਦੀਆਂ ਨਹੀਂ। ਕਾਰਨ ਕੀ ਹੈ ਵੀ ਸਾਡੀ ਧਰਤੀ ਹੈ ਰੇਤਾ ਵਾਲੀ, ਰੇਤਲੀ ਧਰਤੀ ਹੈ, ਅਤੇ ਰੇਤਲੀ ਧਰਤੀ ਦੀਆਂ ਇੱਟਾਂ ਨਹੀਂ ਬਣਦੀਆਂ, ਉਹਦੇ ਵਾਸਤੇ ਚੀਕਣੀ ਮਿੱਟੀ ਚਾਹੀਦੀ ਹੈ, ਅਤੇ ਚੀਕਣੀ ਮਿੱਟੀ ਇੱਥੇ ਲਾਹੌਰ ਦੇ ਵਿੱਚ ਹੈ। ਇੱਥੋਂ ਇੱਟਾਂ ਪਕਾ ਕੇ ਸਾਨੂੰ ਜੇ ਮਿਲ ਜਾਣ ਤਾਂ ਫਿਰ ਅਸੀਂ ਖੂਹ ਬਣਾ ਸਕਦੇ। ਰੇਤਲੀ ਇੱਟ ਦੀ, ਰੇਤਾ ਦੀ ਜਿਹੜੀ ਇੱਟ ਹੈ ਬਹੁਤੀ ਮਜ਼ਬੂਤ ਨਹੀਂ ਹੈ, ਤਾਂ ਅਸੀਂ ਇੱਥੋਂ ਚਾਹੁੰਦੇ ਹਾਂ। ਹੋਏ ਨਾ ਸਕੈ ਕਰਿਓ ਜੇ ਚਾਹੇ, ਅਸੀਂ ਚਾਹੁੰਦੇ ਪਏ ਹਾਂ ਪਰ ਸਾਨੂੰ ਇਹ ਮੌਕਾ ਪ੍ਰਾਪਤ ਨਹੀਂ ਹੋ ਰਿਹਾ ਹੈ। ਜਾਂ ਤੇ ਏਕ ਪਚਾਵਾ ਦੇਹੋ, ਪਚਾਵਾ ਨਾਮ ਹੈ ਗੁਰਮੁਖੋ ਇੱਟਾਂ ਦੇ ਆਵੇ ਦਾ, ਜਿਵੇਂ ਅੱਜ ਆਪਾਂ ਭੱਠਾ ਕਹਿ ਦਿੰਦੇ ਹਾਂ, ਇਹਦਾ ਆਕਾਰ ਭੱਠੇ ਦਾ ਵੱਡਾ ਹੈ, ਵੀ ਕਈ ਹਜ਼ਾਰ ਜਾਂ ਕਦੀ ਲੱਖ ਦੇ ਹਿਸਾਬ ਨਾਲ, ਲੱਖਾਂ ਦੇ ਹਿਸਾਬ ਨਾਲ ਇੱਟਾਂ ਜਿਹੜੀਆਂ ਤਿਆਰ ਹੋ ਜਾਂਦੀਆਂ ਭੱਠੇ ਦੇ ਵਿੱਚ, ਪਰ ਜਿਹੜੇ ਆਵੇ ਨੇ ਉਹ ਛੋਟੇ ਹੁੰਦੇ ਸਨ, ਥੋੜ੍ਹੀਆਂ ਥੋੜ੍ਹੀਆਂ ਇੱਟਾਂ। ਅੱਜ ਵੀ ਤੁਸੀਂ ਹਜ਼ੂਰ ਸਾਹਿਬ ਵੱਲੇ ਜਾਓਗੇ ਨਾ, ਤਾਂ ਉੱਥੇ ਤੁਹਾਨੂੰ ਨਿੱਕੇ ਨਿੱਕੇ ਆਵੇ ਅੱਜ ਵੀ ਉੱਥੇ ਲੱਗੇ ਹੋਏ ਮਿਲ ਜਾਣਗੇ ਜੀ, ਵੀ ਉੱਧਰ ਲੋਕ ਆਵੇ ਛੋਟੇ ਛੋਟੇ ਲਾ ਕੇ ਰੱਖਦੇ। ਅਤੇ ਇਹਨੇ ਭਾਈ ਭਗਤੂ ਨੇ ਆਖਿਆ ਵੀ ਸਾਨੂੰ ਇੱਕ ਪੂਰਾ ਇੱਟਾਂ ਦਾ ਆਵਾ ਹੀ ਦੇ ਦੇ, ਆਪਾਂ ਅੱਜ ਵੱਡੀ ਗਿਣਤੀ ਵਿੱਚ ਭੱਠਾ ਕਹਿ ਲਈਏ ਸਮਝਣ ਵਾਸਤੇ, ਪਰ ਭੱਠਾ ਤਾਂ ਬਹੁਤ ਵੱਡਾ, ਬਹੁਤੀ ਇੱਟ ਆਵੇ ਵਿੱਚ ਛੋਟੀ ਹੁੰਦੀ, ਥੋੜ੍ਹੀਆਂ ਇੱਟਾਂ ਪੈਂਦੀਆਂ, ਵੀ ਸਾਨੂੰ ਇੱਕ ਆਵਾ ਹੀ ਮਿਲ ਜਾਵੇ, ਮੰਨ ਲਓ ਵੀ 4-5 ਹਜ਼ਾਰ ਇੱਟ ਮਿਲ ਜਾਵੇ, ਸਮਝਣ ਵਾਸਤੇ ਗੱਲ ਇਹ ਆ ਵੀ ਅਸੀਂ ਖੂਹ ਬਣਾ ਲੈਣਾ ਕਰੀਏ। ਖੂਹ ਲੱਗੇ ਕਰ ਕਾਰਜ ਇਹੋ, ਤੇ ਜੇ ਖੂਹ ਲੱਗ ਜਾਵੇ ਤੇ ਫਿਰ ਕੰਮ ਬੜਾ ਸੌਖਾ, ਸਾਰੀ ਸੰਗਤ ਆਉਣ ਜਾਣ ਵਾਲੇ ਰਾਹਗੀਰ ਜਿਹੜੇ ਮੁਸਾਫਰ ਨੇ ਪਾਣੀ ਪੀਆ ਕਰਨਗੇ, ਬੜਾ ਪੁੰਨ ਦਾ ਕੰਮ ਹੋਣਾ ਹੈ। ਸੁਣ ਰਾਮੂ ਬਿਸਮਿਓ ਬਚ ਭਾਖਾ, ਰਾਮੂ ਸੀ ਨਾ ਮੁਸਲਮਾਨ ਦੀਦੀ ਲੜਕੀ ਦਾ ਪ੍ਰੇਤ ਕੱਢਿਆ, ਉਹ ਸੁਣ ਕੇ ਹੈਰਾਨ ਹੀ ਹੋ ਗਿਆ, ਕਹਿਣ ਲੱਗਾ ਭਾਈ ਭਗਤੂ ਜੀ ਕਿਹੋ ਜਿਹੀ ਗੱਲ ਕਰਦੇ ਪਏ, ਆਪਾਂ ਲਾਹੌਰ ਬੈਠੇ ਹਾਂ, ਪਿੰਡ ਤੁਹਾਡਾ ਭਗਤਾ ਇੱਥੋਂ ਬੜੀ ਦੂਰ ਹੈ, ਅਤੇ ਇੰਨੀ ਦੂਰ ਇੱਟਾਂ, ਇਹ ਤਾਂ ਬੜਾ ਨਾ ਆਉਣ ਵਾਲਾ ਕੰਮ ਹੀ ਹੋ ਗਿਆ, ਕਿ ਹੈਰਾਨ ਕਰਨ ਵਾਲੀ ਗੱਲ ਹੈ, ਇੰਨੀ ਦੂਰ ਇੱਟਾਂ ਕਿਵੇਂ ਜਾਣੀਆਂ ਹਨ। ਈਟ ਲਿਹੋ ਜੇ ਅਭਿਲਾਖਾ, ਤੁਹਾਨੂੰ ਜਿੰਨੀ ਚਾਹੀਦੀ ਹੈ ਇੱਟ ਦਾ ਪ੍ਰਬੰਧ ਮੈਂ ਕਰ ਦਿੰਦਾ, ਪਰ ਗੱਲ ਇਹ ਹੈ ਵੀ ਇੱਟ ਇੱਥੋਂ ਜਾਵੇ ਕਿਵੇਂ, ਤੁਸੀਂ ਕੋਈ ਨੇੜੇ ਵੇਖ ਲਓ ਆਪਣੇ, ਤੁਹਾਡੇ ਨੇੜੇ ਕੋਈ ਆਵਾ ਹੋਵੇ ਅਤੇ ਉੱਥੋਂ ਇੱਟਾਂ ਲੈ ਲਓ ਜਿੰਨੀਆਂ ਚਾਹੀਦੀਆਂ, ਪੈਸੇ ਮੈਂ ਦਿੰਦਾ। ਭਾਈ ਭਗਤੂ ਜੀ ਕਹਿਣ ਲੱਗੇ, ਭਾਈ ਇਹ ਭਗਤੂ ਜੀ ਕਹਿਣ ਲੱਗੇ ਵੀ ਨਹੀਂ, ਇੱਟਾਂ ਸਾਡੇ ਇਲਾਕੇ 'ਚ ਹੁੰਦੀਆਂ ਹੀ ਨਹੀਂ, ਉੱਥੇ ਰੇਤਾ ਹੋਣ ਕਰਕੇ ਅਤੇ ਇੱਟਾਂ ਦੇ ਇੱਥੋਂ ਹੀ ਲਿਆਉਣੀਆਂ ਪੈਣੀਆਂ, ਇਹਦੇ ਬਿਨਾਂ ਕੋਈ ਮਸਲਾ ਹੱਲ ਨਹੀਂ ਹੈ। ਇਤੀ ਦੂਰ ਪਹੁੰਚਿਆ ਕੈਸੇ, ਅਤੇ ਉਸ ਵੇਲੇ ਉਹ ਮੁਸਲਮਾਨ ਰਾਮੂ ਕਹਿਣ ਲੱਗਾ ਵੀ ਚਲੋ ਮੰਨ ਲਓ ਵੀ ਇੱਟਾਂ ਲੈ ਲਈਆਂ ਆਪਾਂ, ਪਰ ਦੱਸੋ ਵੀ ਇੱਟਾਂ ਪਹੁੰਚਾਉਣੀਆਂ ਕਿਵੇਂ ਇੰਨੀ ਦੂਰ, ਉਹਦੇ ਵਾਸਤੇ ਵੀ ਤਾਂ ਪ੍ਰਬੰਧ ਹੋਣਾ ਚਾਹੀਦਾ ਨਾ, ਇੱਟ ਦੇ ਨਾਲੋਂ ਤਾਂ ਇਹਨਾਂ ਦੀ ਉੱਥੇ ਪਹੁੰਚ ਮਹਿੰਗੀ ਪੈਣੀ ਆਪਾਂ ਨੂੰ, ਇਹ ਜਿਹੜਾ ਸਮਾਨ ਇੱਥੋਂ ਚੁੱਕ ਕੇ ਉੱਥੇ ਛੱਡ ਕੇ ਆਉਣਾ ਹੈ, ਇਹ ਸਮਾਨ ਚੁੱਕਣ ਦਾ ਵੀ ਖਰਚਾ ਇੱਟਾਂ ਦੇ ਨਾਲ ਉਹਦੇ ਕਿਤੇ ਵੱਧ ਜਾਣਾ, ਭਾਈ ਭਗਤਾ ਜੀ ਇਹ ਤਾਂ ਕੰਮ ਬੜਾ ਔਖਾ ਹੋ ਜਾਣਾ ਹੈ। ਉਸਟ ਸਕਟ ਤੇ ਜਾਏ ਨਾ ਤੈਸੇ, ਊਠ ਤੇ ਕਿੰਨੀਆਂ ਕੁ ਲੱਦ ਲਵਾਂਗੇ, ਉਹਨਾਂ ਸਮਿਆਂ 'ਚ ਗੁਰਮੁਖੋ ਸਵਾਰੀ ਕੀ ਹੈ, ਊਠ ਤੇ ਗੱਡਾ,
ਹੁਣ ਊਠ 'ਤੇ ਕਿੰਨੀਆਂ ਕੁ ਇੱਟਾਂ ਲੱਦ ਲਵਾਂਗੇ, ਮੰਨ ਲਓ 100 ਇੱਟ ਲੱਦੀ ਜਾਏਗੀ, ਅਤੇ ਗੱਡੇ 'ਤੇ ਕਿੰਨੀਆਂ ਕੁ ਲੱਦ ਲਵਾਂਗੇ, 400-500 ਲੱਦੀ ਜਾਏਗੀ, ਕਿਉਂਕਿ ਐਡੀ ਦੂਰ ਵਿਚਾਰੇ ਬੈਲਾਂ ਨੇ ਖਿੱਚ ਕੇ ਲੈ ਕੇ ਆਉਣਾ, ਅਤੇ ਗੱਡੇ 'ਤੇ ਵੀ ਨਹੀਂ ਇੰਨੀਆਂ ਇੱਟਾਂ ਲੱਦੀਆਂ ਜਾ ਸਕਦੀਆਂ। ਊਠ 'ਤੇ ਉਹ ਰਾਮੂ ਪੁੱਛਦਾ ਪਿਆ, ਕਹਿੰਦਾ ਜੀ ਭਾਈ ਭਗਤਾਂ ਦੀ ਇੰਨੀਆਂ ਇੱਟਾਂ ਲਿਜਾਣੀਆਂ ਕਿਵੇਂ, ਗਲਤ ਇਹ ਹੈ, ਮਸਲਾ ਇਹ ਆ ਵੀ ਪਹੁੰਚਣੀਆਂ ਕਿਵੇਂ ਹਨ। ਦਰਬ ਅਧਿਕ ਤੇ ਪਹੁੰਚੇ ਸੋਏ, ਇਹ ਉਹਨਾਂ ਇੱਟ ਦਾ ਮੁੱਲ ਨਹੀਂ ਲੱਗਣਾ, ਉਹਦੇ ਤੋਂ 4 ਗੁਣਾ ਵੱਧ ਪਹੁੰਚਾਉਣ ਦਾ ਮੁੱਲ ਲੱਗਣਾ। ਮੰਨ ਲਓ ਵੀ ਇੱਟ ਜਿਹੜੀ ਹੈ 5 ਪੈਸੇ ਦੀ ਹੋਵੇਗੀ, ਤਾਂ ਉਹਦਾ ਖਰਚਾ ਹੀ ਅੱਗੇ ਆਪਾਂ ਨੂੰ 20 ਪੈਸੇ ਹੋਰ ਪੈ ਜਾਣਾ, ਅਤੇ ਇੱਟ 25 ਪੈਸੇ ਦੀ ਹੋ ਗਈ, ਇਹ ਤਾਂ ਬੜਾ ਜ਼ਿਆਦਾ ਖਰਚੇ ਵਾਲਾ ਵੱਡਾ ਹੀ ਕੰਮ ਹੈ, ਵੀ ਇਹ ਪਹੁੰਚਾਉਣੀਆਂ ਬੜੀਆਂ ਔਖੀਆਂ ਨੇ, ਇਹ ਕੰਮ ਬੜਾ ਔਖਾ ਕਠਿਨ ਹੈ। ਇਹ ਉੱਤਰ ਮੌਕਾ ਕਹੋ ਕੋਈ, ਅਤੇ ਇਹ ਤੁਸੀਂ ਮੈਨੂੰ ਉੱਤਰ ਦਿਓ, ਦੱਸੋ ਵੀ ਹੋਵੇਗਾ ਕਿਵੇਂ। ਚਲੋ ਮੰਨ ਲਓ ਵੀ ਇੱਟਾਂ ਦਾ ਆਵਾ, ਤਾਂ ਮੈਂ ਹੁਣੇ ਜਾ ਕੇ ਠੇਕਾ ਮਾਰ ਲੈਂਦਾ ਉਹਦੇ ਨਾਲ, ਅਤੇ ਜਿੰਨੇ ਮੰਗੇਗਾ ਪੈਸੇ ਮੈਂ ਦੇ ਦਿੰਦਾ, ਇੱਟਾਂ ਤਾਂ ਮੈਂ ਖਰੀਦ ਦਿੰਦਾ, ਪਰ ਇਹ ਪਹੁੰਚਾਉਣੀਆਂ ਕਿਵੇਂ, ਇਹ ਦੱਸੋ, ਇਹ ਤਰੀਕਾ ਤੁਹਾਡੇ ਕੋਲ ਕੋਈ ਹੈ ਵੀ ਇੰਨੀ ਦੂਰ ਇੱਟਾਂ ਲੈ ਕੇ ਜਾਣੀਆਂ? ਸੁਣ ਭਗਤ ਕਹਿ ਦਿਓ ਤੁਮ ਤਾਂ ਹੀ। ਉਸ ਵੇਲੇ ਭਾਈ ਭਗਤਾ ਜੀ ਕਹਿੰਦੇ ਵੀ ਇਹ ਗੱਲ ਛੱਡ, ਵੀ ਪਹੁੰਚਾਉਣੀਆਂ ਕਿਵੇਂ, ਉਹ ਮੇਰਾ ਕੰਮ ਰਿਹਾ, ਤੂੰ ਬਸ ਇੱਟਾਂ ਲੈਣ ਦੀ ਗੱਲ ਕਰ। ਕਿਉਂਕਿ ਪਹਿਲੇ ਸਮੇਂ ਵਿੱਚ ਜਿਹੜੇ ਪਾਣੀ ਦੇ ਸਰੋਤ ਸਨ, ਜਿਵੇਂ ਗੁਰਮੁਖੋ ਲੱਕੜ ਵੱਢ ਕੇ ਲਿਜਾਣੀ, ਅਤੇ ਉਹਦੀਆਂ ਲੱਕੜ ਦੀਆਂ ਵੱਡੀਆਂ ਵੱਡੀਆਂ ਗੱਠਾਂ ਬੰਨ੍ਹ ਕੇ ਨਾ ਰੱਸੇ ਬੰਨ੍ਹ ਕੇ, ਅਤੇ ਪਾਣੀ ਵੀ ਸੁੱਟ ਦਿੱਤੀਆਂ ਜਾਂਦੀਆਂ, ਅਤੇ ਦਰਿਆਵਾਂ ਦੇ ਰਾਹੀਂ ਉਹ ਲੱਕੜਾਂ ਅੱਗੇ ਪਹੁੰਚ ਜਾਂਦੀਆਂ। ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਨੇ ਹਿਮਾਚਲ ਦੇ ਵਿੱਚੋਂ ਇੱਟਾਂ ਮੰਗਾਈਆਂ ਸਨ, ਲੱਕੜਾਂ ਦਰਿਆ ਦੇ ਵਿੱਚ ਸੁੱਟੀਆਂ ਅਤੇ ਉਹ ਬਿਆਸ ਤੋਂ ਕੱਢੀਆਂ, ਪਰ ਇੱਟਾਂ ਦੇ ਪਾਣੀ ਵਿੱਚ ਵੀ ਨਹੀਂ ਸੁੱਟੀਆਂ ਜਾਣੀਆਂ, ਅਤੇ ਨਾ ਪਾਣੀ 'ਚ ਗਾਂਹ ਕਿਤੇ ਜਾਣੀਆਂ। ਉਹ ਤਾਂ ਹੈਰਾਨ ਹੈ, ਰਾਮੂ ਕਹਿਣ ਲੱਗਾ ਵੀ ਇਹ ਇੱਟਾਂ ਹੈ ਹੀ ਇਹੋ ਜਿਹੀਆਂ ਵੀ ਨਾ ਇਹਨਾਂ ਨੂੰ ਦਰਿਆ ਕੋਈ ਲਿਜਾ ਸਕਦਾ ਅੱਗੇ, ਨਾ ਕੋਈ ਇਹੋ ਜਿਹਾ ਸਾਧਨ, ਇਹ ਪਹੁੰਚਾਉਣੀਆਂ ਕਿਵੇਂ ਨੇ ਇਹ ਦੱਸ। ਅਤੇ ਭਾਈ ਭਗਤਾ ਜੀ ਕਹਿੰਦੇ ਤੂੰ ਫਿਕਰ ਨਾ ਕਰ, ਪਹੁੰਚਾਉਣੀਆਂ ਮੇਰਾ ਕੰਮ ਰਿਹਾ, ਤੂੰ ਇੱਟਾਂ ਲੈਣ ਦੀ ਗੱਲ ਕਰ, ਪਹੁੰਚਾ ਮੈਂ ਆਪੇ ਦੇਣੀ ਆ। ਬਚਨ ਬਲਾਸ ਹੋਏ ਹਨ, ਪਹੁੰਚਾਵਨ ਕੁਛ ਮੁਸ਼ਕਲ ਨਾ ਹੀ। ਭਾਈ ਭਗਤਾ ਜੀ ਹੱਸ ਕੇ ਕਹਿਣ ਲੱਗੇ, ਕਹਿੰਦੇ ਇੱਟਾਂ ਦੀ ਕੀ ਗੱਲ ਕਰਦਾ, ਇਹ ਤਾਂ ਸਾਡੇ ਵਾਸਤੇ ਕੰਮ ਔਖਾ ਹੈ ਹੀ ਕੋਈ ਨਹੀਂ, ਇੱਧਰੋਂ ਖਰੀਦਣੀਆਂ ਉੱਧਰੋਂ ਪਹੁੰਚ ਜਾਣੀਆਂ ਨਾਲ ਹੀ। ਹੈਰਾਨ ਹੋ ਗਿਆ ਵੀ ਇਹੋ ਜਿਹੀ ਕਿਹੜੀ ਤਾਕਤ ਇਹਨਾਂ ਦੇ ਕੋਲ ਵੀ ਇੰਨੀ ਦੂਰ ਇੱਟ ਬੰਦਾ ਚਲਾ ਕੇ ਵੀ ਸੱਟੇ ਤੇ ਕਿੰਨੀ ਕੁ ਦੂਰ ਸੱਟੇਗਾ, ਪਹੁੰਚਾਉਣੀਆਂ ਕਿਵੇਂ। ਪਰ ਭਾਈ ਭਗਤਾ ਕਹਿੰਦਾ ਵੀ ਫਿਕਰ ਨਾ ਕਰ, ਵੀ ਇਹ ਪਹੁੰਚਾਉਣਾ ਮੇਰਾ ਕੰਮ ਆਪੇ, ਕੋਈ ਮੁਸ਼ਕਲ ਵਾਲੀ ਗੱਲ ਹੀ ਨਹੀਂ, ਬੜੀ ਸੌਖੀ ਗੱਲ ਹੈ। ਇੱਕ ਨਿਸਾ ਮੈਂ ਸਭ ਲੈ ਜਾਵਾਂ, ਇੱਕ ਰਾਤ ਵਿੱਚ ਹੀ, ਜ਼ਿਆਦਾ ਟਾਈਮ ਨਹੀਂ ਹੈ, ਇੰਨੀਆਂ ਇੱਟਾਂ ਮੈਂ ਇੱਕ ਰਾਤ ਵਿੱਚ ਹੀ ਸਾਰੀਆਂ ਲੈ ਜਾਣੀਆਂ। ਇੱਕ ਰਾਤ ਕਿੰਨਾ, 11-12 ਘੰਟਿਆਂ ਦੀ ਰਾਤ ਹੈ, ਇੰਨੀਆਂ ਜ਼ਿਆਦੀਆਂ ਆਵੇ ਦੀਆਂ ਇੱਟਾਂ ਜਿਹੜੀਆਂ ਇੱਕੇ ਰਾਤ ਵਿੱਚ ਹੀ ਅਸੀਂ ਲੈ ਜਾਣੀਆਂ, ਫਿਕਰ ਨਾ ਕਰੋ, ਸਾਡੀ ਮਰਜ਼ੀ ਹੈ। ਪਹੁੰਚੇ ਸੁਗਮ ਕੂਪ ਲਗਵਾਵੇ, ਅਤੇ ਇਹ ਬੜੀਆਂ ਸੌਖੀਆਂ ਹੀ ਪਹੁੰਚ ਜਾਣੀਆਂ, ਅਤੇ ਅਸੀਂ ਖੂਹ ਲਾ ਲੈਣਾ, ਨਾਲ ਇਹ ਵੀ ਕਹਿ ਦਿੱਤਾ ਵੀ ਸੌਖੀਆਂ ਹੀ ਪਹੁੰਚ ਜਾਣੀਆਂ। ਫਿਰ ਹੈਰਾਨ ਹੋ ਗਿਆ, ਪਹਿਲੀ ਤਾਂ ਗੱਲ ਹੈ ਵੀ ਰਾਤ ਨੂੰ ਉਹਨਾਂ ਸਮਿਆਂ ਵਿੱਚ ਸਮਾਨ ਇੱਧਰ ਉੱਧਰ ਜਾਂਦਾ ਹੀ ਨਹੀਂ ਹੈ, ਕਿਉਂਕਿ ਉਸ ਵੇਲੇ ਬਹੁਤੇ ਜੰਗਲੀ ਰਾਹ ਨੇ, ਅਤੇ ਲੁਟੇਰੇ ਪੈ ਜਾਣੇ, ਜੰਗਲੀ ਜਾਨਵਰ ਪੈ ਜਾਣੇ, ਡਾਕੂ ਪੈ ਜਾਂਦੇ, ਲੋਕ ਦਿਨੇ ਦਿਨੇ ਸਫ਼ਰ ਕਰਿਆ ਕਰਦੇ, ਅਤੇ ਉਹ ਵੀ ਟੋਲੀ ਬਣਾ ਕੇ, ਗਰੁੱਪ ਬਣਾ ਕੇ, ਜਿਵੇਂ ਅੱਜ ਆਪਾਂ ਤੁਰੇ ਫਿਰਦੇ ਨਾ ਇਕੱਲੇ ਸੜਕ 'ਤੇ, ਜਿੱਦ ਨੂੰ ਮਰਜ਼ੀ ਚੱਲ ਪਈ, ਨਹੀਂ ਉਦੋਂ ਗਰੁੱਪ ਬਣਾ ਕੇ ਜਾਂਦੇ, ਤਾਂ ਕਿਤੇ ਸਫ਼ਰ ਪੂਰੇ ਹੋਇਆ ਕਰਦੇ। ਹੁਣ ਭਾਈ ਇਹ ਭਗਤਾ ਜੀ ਕਹਿ ਰਹੇ ਵੀ ਲੈ ਕੇ ਵੀ ਰਾਤ ਨੂੰ ਜਾਣੀਆਂ, ਹੋਰ ਹੈਰਾਨ ਹੋ ਗਿਆ ਵੀ ਰਾਤ ਨੂੰ ਇਹਨਾਂ ਨੇਟਾਂ ਕਿਵੇਂ ਲੈ ਜਾਣੀਆਂ, ਰਾਤ ਨੂੰ ਬੰਦੇ ਕਿੱਥੋਂ ਆਉਣਗੇ। ਅਤੇ ਦੂਜੀ ਗੱਲ ਇਹ ਆ ਵੀ ਕੰਮ ਔਖਾ ਹੈ ਹੀ ਨਹੀਂ, ਹੈ ਹੀ ਬੜਾ ਸੌਖਾ ਹੈ, ਹੋਰ ਹੈਰਾਨਗੀ ਵਾਲੀ ਇਹ ਗੱਲ ਹੈ। ਤਬ ਰਾਮੂ ਇੱਕ ਦਇਓ ਪਹੁੰਚਾਇਆ, ਉਸ ਵੇਲੇ ਕਹਿਣ ਲੱਗੇ ਵੀ ਰਾਮੂ ਜੀ ਕਹਿੰਦਾ ਜੀ ਮਹਾਰਾਜ ਲੈ ਕੇ ਤੁਸੀਂ ਜਾਣੀਆਂ, ਮੇਰੇ ਵੱਲੋਂ ਰਾਤ ਨੂੰ ਲੈ ਜਾਓ, ਦਿਨੇ ਲੈ ਜਾਓ, ਭਾਵੇਂ ਜਿੰਨੇ ਚਿਰ 'ਚ ਮਰਜ਼ੀ ਲੈ ਜਾਓ, ਆਹ ਇੱਕ ਇੱਟਾਂ ਦਾ ਆਵਾ ਹੈ, ਇਹਦੀ ਕੀਮਤ ਇਹਨੂੰ ਮੈਂ ਦੇ ਦਿੱਤੀ ਹੈ ਮਾਲਕ ਨੂੰ, ਇਹ ਇੱਟਾਂ ਦਾ ਆਵਾ ਹੋ ਗਿਆ ਤੁਹਾਡਾ, ਹੁਣ ਤੁਸੀਂ ਇੱਕ ਰਾਤ 'ਚ ਲੈ ਜਾਵੋ, ਦੋਵਾਂ ਰਾਤਾਂ 'ਚ ਲੈ ਜਾਵੋ, ਜਿਵੇਂ ਮਰਜ਼ੀ ਲੈ ਜਾਵੋ, ਇਹ ਲੈ ਕੇ ਹੁਣ ਤੁਸੀਂ ਜਾਣਾ,
ਤੇ ਇੱਟਾਂ ਵਾਲੇ ਨੂੰ ਉਹਦੇ ਪੈਸੇ ਦੇ ਦਿੱਤੇ ਹਨ। ਦੇਖਣ ਹੇਤ ਨਰ ਇੱਕ ਬਿਠਾਇਆ। ਉਹ ਜਿਹੜਾ ਰਾਬੂ ਸੀ ਨਾ, ਹੁਣ ਆਪ ਤੇ ਉਹ ਦੀਵਾਨ ਹੈ ਨਾ, ਬੜੀ ਵੱਡੀ ਹੈ ਕਿ ਉਹਦੇ ਕੋਲ ਪਦਵੀ ਹੈ, ਆਪ ਤੇ ਨਹੀਂ ਉੱਥੇ ਬੈਠਾ ਰਹੇਗਾ। ਉਹਨੇ ਆਪਣਾ ਇੱਕ ਨੌਕਰ ਭੇਜਿਆ, ਕਹਿਣ ਲੱਗਾ ਵੀ ਤੂੰ ਨਾ ਲੋਕੇ ਉੱਥੇ ਬੈਠਾ ਵੇਖਦਾ ਰਹੋ ਵੀ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਵੀ ਰਾਤੋਂ ਰਾਤ ਹੀ ਇੱਟਾਂ ਅਸੀਂ ਲੈ ਜਾਣੀਆਂ, ਵੀ ਲੈ ਕੇ ਕਿਵੇਂ ਜਾਣਗੇ, ਤੂੰ ਪੂਰੀ ਖਬਰ ਦੇਣੀ ਮੈਨੂੰ ਆ ਕੇ ਵੀ ਕਿਵੇਂ ਸਿਰ 'ਤੇ ਚੁੱਕਦੇ ਨੇ, ਕਿਵੇਂ ਲੈ ਕੇ ਜਾਂਦੇ। ਇੱਕ ਬੰਦਾ ਉਹਨੇ ਆਪਣਾ ਮਜ਼ਦੂਰ ਉੱਥੇ ਜਿਹੜਾ ਨੌਕਰ ਬਿਠਾ ਦਿੱਤਾ ਹੈ। ਭਗਤੇ ਸਭ ਪ੍ਰੇਤਨ ਕੋ ਪ੍ਰੇਰਾ। ਗੁਰਮੁਖੋ ਜਦੋਂ ਇੱਟਾਂ ਦਾ ਆਵੇ ਦਾ ਠੇਕਾ ਵਗੈਰਾ ਕਰ ਲਿਆ, ਪੈਸੇ ਵਗੈਰਾ ਦੇ ਦਿੱਤੇ, ਹੁਣ ਭਾਈ ਭਗਤੂ ਜੀ ਜਿਹੜੇ ਭੂਤਾਂ ਦੇ ਸਰਦਾਰ ਸਨ, ਸਾਰੇ ਭੂਤ ਇਹਨਾਂ ਦੇ ਵੱਸ ਵਿੱਚ ਕੀਤੇ ਗੁਰੂ ਪਾਤਸ਼ਾਹ। ਅਤੇ ਭਾਈ ਭਗਤੂ ਨੇ ਉਸ ਵੇਲੇ ਹੁਕਮ ਉੱਥੇ ਬੈਠੇ ਬੈਠੇ ਕਹਿਣ ਲੱਗੇ ਉਹ ਭੂਤੋ ਪ੍ਰੇਤੋ ਆ, ਉਹ ਸਾਰੇ ਜਣੇ ਇੱਟਾਂ ਚੁੱਕ ਕੇ ਲੈ ਕੇ ਚੱਲੋ, ਭਗਤੇ ਪਹੁੰਚਾਓ ਇਹਨਾਂ ਨੂੰ। ਅਜੇ ਇੰਨਾ ਹੁਕਮ ਹੀ ਦਿੱਤਾ, ਅਜੇ ਬਚਨੀ ਆਖਿਆ ਹੈ। ਆਉਣ ਲੱਗੇ ਢੋਵਨ ਤਿਸ ਬੇਰਾ। ਇਹ ਕਹਿਣ ਲੱਗੇ ਜਿੰਨੇ ਭੂਤ ਪ੍ਰੇਤ ਸਨ ਸਾਰੇ ਇੱਟਾਂ ਚੁੱਕੇ ਅਤੇ ਢੋਣ ਲੱਗ ਪਏ। ਉਹ ਜਿਹੜਾ ਬੰਦਾ ਬਿਠਾਇਆ ਸੀ ਨਾ ਵੀ ਤੂੰ ਧਿਆਨ ਰੱਖਣਾ, ਉਹ ਵਿਚਾਰਾ ਅੱਖਾਂ ਮਲ ਮਲ ਕੇ ਵੇਖਦਾ ਵੀ ਇੱਟਾਂ ਘੱਟਦੀਆਂ ਪਈਆਂ ਦਿਸਦੀਆਂ ਨੇ, ਪਰ ਜਾਂਦੀਆਂ ਕਿੱਧਰ ਨੂੰ ਪਈਆਂ ਇਹ ਨਹੀਂ ਦਿਸਦੀਆਂ ਪਈਆਂ। ਰੌਲਾ ਪੈਂਦਾ ਪਿਆ ਹੈ, ਸ਼ੋਰ ਸ਼ਰਾਬਾ ਹੁੰਦਾ ਪਿਆ, ਪਰ ਬੋਲਦਾ ਕੌਣ ਪਿਆ ਇਹ ਵੀ ਨਹੀਂ ਦਿਸਦਾ। ਜਿੰਨੇ ਭੂਤ ਪ੍ਰੇਤ ਹੁਕਮ ਦੇ ਵਿੱਚ ਉਹ ਸੇਵਾ, ਉਸੇ ਵੇਲੇ ਹੁਕਮ ਹੋਇਆ ਵੀ ਲਿਆਓ ਇੱਟਾਂ ਚੁੱਕੇ ਲੈ ਕੇ ਚੱਲੀਏ, ਉਹ ਸਾਰੇ ਉਸੇ ਵੇਲੇ ਇੱਟਾਂ ਚੁੱਕੇ ਉਸ ਵੇਲੇ ਲੱਗ ਪਏ ਹਨ। ਇੱਕ ਜਾਮ ਮੈਂ ਸਭ ਲੈ ਆਏ। ਭਾਈ ਭਗਤੂ ਨੇ ਤੇ ਆਖਿਆ ਸੀ ਵੀ ਇੱਕ ਰਾਤ ਵਿੱਚ ਲੈ ਜਾਣੀਆਂ, ਤੇ ਉਹ ਰਾਮੂ ਹੈਰਾਨ ਹੋ ਗਿਆ ਵੀ ਇੱਕ ਰਾਤ ਵਿੱਚ ਇੱਟਾਂ ਕਿਵੇਂ ਜਾਣੀਆਂ, ਪਰ ਭੂਤਾਂ ਨੇ ਤੇ ਫੁਰਤੀ ਇੰਨੀ ਵਰਤੀ, ਕਹਿਣ ਲੱਗੇ ਰਾਤ ਦੀ ਗੱਲ ਤੇ ਬੜੀ ਦੂਰ ਦੀ ਹੈ, ਦੋ ਢਾਈ ਘੰਟਿਆਂ ਵਿੱਚ ਸਾਰਾ ਉੱਥੇ ਆਵਾ ਹੀ ਖਾਲੀ ਕਰ ਦਿੱਤਾ, ਇੱਟ ਰਹੀ ਕੋਈ ਨਾ, ਸਾਰੀਆਂ ਇੱਟਾਂ ਢੋ ਲਈਆਂ, ਸਾਰੀਆਂ ਭਗਤੇ ਪਹੁੰਚਾ ਦਿੱਤੀਆਂ, ਲਾਹੌਰ ਤੋਂ ਆਵਾ ਖਰੀਦਿਆ ਇੱਟਾਂ ਦਾ, ਜਾਂ ਕਹਿ ਲਈਏ ਪੱਠਾ, ਅਤੇ ਦੋ ਢਾਈ ਘੰਟਿਆਂ ਵਿੱਚ ਸਾਰੀਆਂ ਹੀ ਭਗਤੇ ਭਾਈ ਉਹ ਪਹੁੰਚਾ ਦਿੱਤੀਆਂ। ਤੋ ਵੇਖਣ ਵਾਲਾ ਬੜਾ ਹੈਰਾਨ ਹੈ ਵੀ ਬੰਦਾ ਦਿਸਦਾ ਕੋਈ ਨਹੀਂ ਹੈ, ਇੱਟਾਂ ਰਹਿ ਕੋਈ ਨਹੀਂ ਗਈਆਂ, ਇਹ ਸਾਰਾ ਕੌਤਕ ਵਰਤਾਇਆ ਹੈ। ਬੈਠਿਓ ਨਰ ਕੁਛ ਪਿੱਖਿਓ ਨਾ ਜਾਏ। ਉਹ ਜਿਹੜਾ ਵਿਅਕਤੀ ਬੈਠਾ ਹੈ ਨਾ, ਵਾਰ ਵਾਰ ਅੱਖਾਂ ਮਲ ਮਲ ਕੇ ਵੇਖਦਾ ਵੀ ਹੋ ਕੀ ਰਿਹਾ ਹੈ, ਕੀ ਬਣਦਾ ਪਿਆ ਹੈ, ਸਮਝ ਨਹੀਂ ਕੋਈ ਆਉਂਦੀ ਪਈ ਵੀ ਇਹ ਕੀ ਬਣਦਾ ਪਿਆ, ਹੈਰਾਨ ਹੋ ਕੇ ਬੈਠਾ ਹੈ। ਰਾਮੋ ਸੰਗ ਜਾਏ ਤੈਂ ਭਨਾ। ਜਦੋਂ ਉਹਨੇ ਵੇਖਿਆ ਨਾ ਵੀ ਮੈਨੂੰ ਦਿਸਿਆ ਤੇ ਕੁਝ ਨਹੀਂ, ਤੇ ਇੱਟ ਕੋਈ ਰਹੀ ਨਹੀਂ ਹੈ, ਤੇ ਫਿਰ ਉਹ ਚਲਾ ਗਿਆ ਉੱਠ ਕੇ ਵੀ ਹੁਣ ਮੈਂ ਇੱਥੇ ਕੀ ਕਰਨਾ। ਉਹਨੇ ਜਾ ਕੇ ਫਿਰ ਭਾਈ ਰਾਮੂ ਤੇ ਨਹੀਂ ਆਪਾਂ ਕਹਿ ਸਕਦੇ, ਮੁਸਲਮਾਨ ਹੈ, ਮੁਸਲਮਾਨ ਨੂੰ ਜਾ ਕੇ ਉਸਨੇ ਆਖਿਆ, ਕਹਿਣ ਲੱਗਾ ਵੀ ਜਿਹੜੀ ਤੁਸੀਂ ਮੈਨੂੰ ਰਿਪੋਰਟ ਤਿਆਰ ਕਰਨ ਵਾਸਤੇ ਆਖਿਆ ਉਹ ਮੈਂ ਸਾਰਾ ਕੁਝ ਵੇਖ ਕੇ ਆਇਆ, ਤੇ ਉੱਥੇ ਤੇ ਇਸ ਤਰ੍ਹਾਂ ਫਿਰ ਹੋਇਆ ਹੈ। ਬੜੋ ਕੁਲਾਹਲ ਮੈਂ ਇੱਕ ਸੁਣਾ। ਮੈਂ ਬਸ ਇੰਨਾ ਹੀ ਸੁਣਿਆ ਆਪਣੇ ਕੰਨਾਂ ਵਿੱਚ ਵੀ ਜਿਵੇਂ ਬਹੁਤ ਜ਼ਿਆਦਾ ਰੌਲਾ ਪੈਂਦਾ ਹੋਵੇ, ਬਸ ਆਹ ਹੀ ਮੈਨੂੰ ਸੁਣਾਈ ਦਿੱਤਾ। ਇਹਦੇ ਤੋਂ ਬਿਨਾਂ ਮੈਨੂੰ ਕੋਈ ਨਹੀਂ ਪਤਾ ਲੱਗਾ ਵੀ ਉਹ ਕੀ ਗੱਲਾਂ, ਜਦੋਂ ਬਹੁਤੇ ਲੋਕ ਬੋਲਣ ਲੱਗ ਪੈਣ ਉਦੋਂ ਰੌਲਾ ਹੀ ਸੁਣਾਈ ਦਿੰਦਾ, ਸਮਝ ਨਹੀਂ ਆਉਂਦੀ ਵੀ ਕਿਹੜਾ ਕੀ ਕਹਿੰਦਾ। ਜਦੋਂ ਕਿਤੇ ਮੇਲ ਵਗੈਰਾ ਇਕੱਠਾ ਹੋ ਜਾਵੇ ਨਾ, ਬਹੁਤਾ ਸ਼ੋਰ ਸ਼ਰਾਬਾ ਜਾਂ ਵਾਜਾ ਗਾਜਾ ਕੋਈ ਵੱਜਦਾ ਹੋਵੇ, ਫਿਰ ਬੋਲਦਾ ਪਤਾ ਨਹੀਂ ਲੱਗਦਾ ਵੀ ਕੀ ਹੁੰਦਾ। ਉਹ ਨੌਕਰ ਦੱਸਦਾ ਪਿਆ, ਕਹਿਣ ਲੱਗਾ ਵੀ ਮੈਂ ਰੌਲਾ ਪੈਂਦਾ ਹੀ ਸੁਣਿਆ ਉੱਚੀ ਉੱਚੀ ਬੋਲ, ਪਰ ਕਹਿੰਦਾ ਕੀ ਹੈ ਕੋਈ ਪਿਆ, ਇਹ ਮੈਨੂੰ ਨਹੀਂ ਸੁਣਾਈ ਦਿੱਤਾ ਹੈ। ਦੇਖਿਓ ਰੂਪ ਨਾ ਰੰਗ ਨਾ ਅੰਗ। ਮੈਂ ਨਾ ਕੋਈ ਉੱਥੇ ਬੰਦਾ ਵੇਖਿਆ, ਕੋਈ ਬੰਦਾ ਕਾਲਾ ਸੀ ਕਿ ਗੋਰਾ ਸੀ ਇਹ ਵੀ ਨਹੀਂ ਮੈਨੂੰ ਪਤਾ ਲੱਗਾ, ਅਤੇ ਕਿਸੇ ਦਾ ਕੋਈ ਹੱਥ ਹੈ ਕਿ ਪੈਰ ਹੈ ਇਹ ਵੀ ਨਹੀਂ ਮੈਨੂੰ ਪਤਾ ਲੱਗਾ, ਨਾ ਮੈਨੂੰ ਹੱਥ ਪੈਰ ਦਿਖਾਈ ਦਿੱਤੇ, ਨਾ ਕਿਸੇ ਬੰਦੇ ਦਾ ਰੰਗ ਦਿਖਾਈ ਦਿੱਤਾ, ਅਤੇ ਨਾ ਹੀ ਮੈਨੂੰ ਬੰਦਾ ਦੱਸਿਆ। ਮੈਨੂੰ ਤਾਂ ਉਹ ਹੀ ਦੱਸਿਆ ਵੀ ਇੱਟਾਂ ਘੱਟਦੀਆਂ ਜਾਂਦੀਆਂ, ਮੁੱਕਦੀਆਂ ਜਾਂਦੀਆਂ, ਪਰ ਉਹ ਗਈਆਂ ਕਿੱਧਰ ਅਤੇ ਕੌਣ ਲੈ ਗਿਆ ਇਹ ਮੈਨੂੰ ਪਤਾ ਨਹੀਂ ਹੈ। ਕਰਤ ਸ਼ੀਘਰ ਲੈ ਗਏ ਇੱਕ ਸੰਗ। ਕਹਿਣ ਲੱਗੇ ਵੀ ਬੜੀ ਛੇਤੀ ਇੱਕੇ ਵਾਰ ਹੀ ਲੈ ਗਏ,
ਰਾਤ ਰਾਤ ਦਾ ਸਮਾਂ ਭਾਈ ਭਗਤੂ ਨੇ ਕਿਹਾ ਸੀ, ਉਹ ਪ੍ਰੇਤਾਂ ਨੇ ਸੇਵਾ ਹੀ ਇੰਨੀ ਕੀਤੀ ਵੀ ਉਹ 2.5-3 ਘੰਟਿਆਂ ਵਿੱਚ ਸਾਰਾ ਉਹਨਾਂ ਨੇ ਆਵਾ ਹੀ ਉੱਥੋਂ ਨਿਬੇੜ ਦਿੱਤਾ। ਇਹ ਦੱਸਦਾ ਪਿਆ ਜਾ ਕੇ, ਜਿਹੜਾ ਰਿਪੋਰਟ ਦੇਣ ਵਾਲਾ ਖੁਫੀਆ ਏਜੰਟ ਦੱਸਦਾ ਪਿਆ ਵੀ ਸਾਰੀਆਂ ਇੱਟਾਂ ਉਹਨਾਂ ਨੇ ਲੈ ਲਈਆਂ ਹਨ। ਬਿਸਮੇ ਰਾਮੂ ਤੂਸ਼ਨ ਪਇਓ, ਕਹਿਣ ਲੱਗੇ ਵੀ ਉਹ ਜਿਹੜਾ ਰਾਮੂ ਸੀ ਨਾ ਹੈਰਾਨ ਹੋ ਗਿਆ, ਕਹਿਣ ਲੱਗਾ ਕਮਾਲ ਹੈ, ਇੱਦਾਂ ਤੇ ਕਦੇ ਅੱਗੇ ਨਹੀਂ ਹੋਇਆ ਹੈ। ਸੋ ਇਹ ਕੂਪ ਲਗਾਵਨ ਕੀ, ਇਹ ਮਹਾਰਾਜ ਨੇ ਦੱਸਿਆ ਪਾਤਸ਼ਾਹ ਨੇ, ਉਹ ਫਿਰ ਬਚਨ ਜਿਹੜਾ ਆਪਾਂ ਕੱਲ੍ਹ ਸਰਵਣ ਕੀਤਾ ਸੀ ਨਾ ਵੀ ਪੈਸਾ ਤੇ ਮਾਲਕਾਂ ਦਾ ਤੇ ਮਸ਼ਹੂਰੀ ਅੱਗੇ ਨੌਕਰਾਂ ਦੀ ਜਾਂ ਦਾਸਾਂ ਦੀ ਹੈ, ਮਹਾਰਾਜ ਨੇ ਉਹ ਗੱਲ ਇੱਥੇ ਸਾਂਝੀ ਕੀਤੀ। ਕਹਿੰਦੇ ਭਾਈ ਗੱਲ ਇਹ ਹੈ ਵੀ ਭੂਤ ਪ੍ਰੇਤ ਜਿਹੜੇ ਨੇ ਉਹ ਤੇ ਗੁਰੂ ਦੇ ਹੁਕਮ ਦੇ ਨਾਲ ਇਹਨਾਂ ਦੇ ਵੱਸ ਵਿੱਚ ਸਨ, ਉਹਨਾਂ ਕੋਲੋਂ ਇਹਨਾਂ ਨੇ ਕੰਮ ਕਰਾ ਲਿਆ ਤੇ ਇੱਟਾਂ ਵੀ ਤਾਂ ਹੀ ਆਈਆਂ ਵੀ ਇਹਨਾਂ ਜਾ ਕੇ ਉਹਦਾ ਭੂਤ ਕੱਢਿਆ ਤੇ ਭੂਤ ਨਿਕਲਿਆ ਤੇ ਉਹ ਬੰਦਾ ਸੇਵਕ ਬਣ ਗਿਆ ਤੇ ਉਹਨੇ ਆਖਿਆ ਵੀ ਦੱਸੋ ਜੀ ਸੇਵਾ, ਇਹਨਾਂ ਨੇ ਆਖਿਆ ਵੀ ਸੇਵਾ ਹੈ ਵੀ ਸਾਨੂੰ ਇੱਟਾਂ ਦੇ, ਇੱਟਾਂ ਵੀ ਤਾਂ ਹੀ ਮਿਲੀਆਂ ਕਿਉਂਕਿ ਉਹ ਭੂਤ ਕੱਢਿਆ ਤੇ ਭੂਤ ਕੱਢਿਆ ਗੁਰੂ ਦੇ ਬਚਨਾਂ ਦੇ ਨਾਲ ਤੇ ਇੱਟਾਂ ਪਹੁੰਚਾਈਆਂ ਵੀ ਭੂਤਾਂ ਨੇ ਉਹ ਵੀ ਗੁਰੂ ਦੇ ਬਚਨਾਂ ਦੇ ਨਾਲ। ਕਹਿਣ ਤੋਂ ਭਾਵ ਇਹ ਹੈ ਵੀ ਹੈ ਤੇ ਸਾਡੇ ਵੱਡੇ ਸਤਿਗੁਰਾਂ ਦੀ ਬਖਸ਼ਿਸ਼ ਹੈ ਤੇ ਨਾਮ ਇਹਨਾਂ ਨੇ ਬਣਾ ਲਿਆ ਆਪਦਾ ਵੀ ਅਸੀਂ ਖੂਹ ਲਾਉਂਦੇ ਪਏ ਹਾਂ, ਨਹੀਂ ਇਹ ਖੂਹ ਇਹਨਾਂ ਦਾ ਨਹੀਂ, ਅਸਲ ਵਿੱਚ ਇਹ ਖੂਹ ਗੁਰੂ ਘਰ ਦਾ ਹੈ। ਪਰ ਗੁਰੂ ਘਰ ਦਾ ਨਾਮ ਕੌਣ ਲਵੇ, ਹਰੇਕ ਬੰਦਾ ਆਪਣਾ ਹੀ ਨਾਮ ਚੁਕਾਉਂਦਾ ਵੀ ਮੈਂ ਹੀ ਹਾਂ। ਉਸ ਵੇਲੇ ਬਚਨ ਸਤਿਗੁਰਾਂ ਨੇ ਤਾਂ ਆਖਿਆ ਸੀਗਾ, ਪਾਤਸ਼ਾਹ ਕਹਿਣ ਲੱਗੇ ਭਾਈ ਇਹ ਜਿਹੜੇ ਬਚਨ ਨੇ ਦਮ ਲੱਗਣ ਪਾਤਸ਼ਾਹ ਕੇ ਸਾਬੁਣ ਗਾਰਾਂ ਦਾ ਨਾਓ, ਵੀ ਪੈਸੇ ਦਮੜੇ ਮਾਲਕਾਂ ਦੇ ਲੱਗਣ ਅਤੇ ਨਾਮ ਨੌਕਰਾਂ ਦਾ ਹੋਵੇ, ਉਹ ਜਿਹੜਾ ਬਚਨ ਸੀ ਇਹ ਖੋਲਿਆ ਫਿਰ ਮਹਾਰਾਜ ਨੇ ਵੀ ਇਸ ਤਰ੍ਹਾਂ ਭਾਈ ਇਹ ਬਖਸ਼ਿਸ਼ਾਂ ਅਤੇ ਗੁਰੂ ਅਰਜਨ ਦੇ ਪਾਤਸ਼ਾਹ ਦੀਆਂ ਅਤੇ ਉਹਦੀਆਂ ਬਖਸ਼ਿਸ਼ਾਂ ਦੇ ਨਾਲ ਇਹਨਾਂ ਨੂੰ ਇਹ ਸਰਦਾਰੀ ਮਿਲੀ ਹੈ ਭੂਤਾਂ ਦੀ ਅਤੇ ਇਸੇ ਤਰ੍ਹਾਂ ਭੂਤ ਇਹਨਾਂ ਦੇ ਹੁਕਮ ਦੇ ਵਿੱਚ ਸਾਰਾ ਕੰਮ ਕਰਦੇ ਪਏ, ਨਾਮ ਆਪਣਾ ਚਮਕਾਉਂਦੇ ਪਏ। ਇਹ ਬਚਨ ਆਖੇ ਹਨ। ਅਬ ਭੀ ਭੂਤ ਮਜ਼ਦੂਰੀ ਕਰ, ਸਤਿਗੁਰੂ ਕਹਿੰਦੇ ਹੁਣ ਵੀ ਇਹ ਜਿਹੜਾ ਖੂਹ ਬਣਾਉਂਦੇ ਪਏ ਨੇ ਨਾ ਇਹ ਖੂਹ ਆਪ ਨਹੀਂ ਬਣਾਉਂਦੇ ਪਏ, ਅਜੇ ਵੀ ਉੱਥੇ ਭੂਤ ਹੀ ਲੱਗੇ ਹੋਏ ਨੇ, ਭੂਤ ਆਪ ਇੱਟਾਂ ਉੱਥੇ ਜੋੜਦੇ ਪਏ ਆ ਕੇ ਲੱਗੇ ਹੋਏ ਵਿਚਾਰੇ ਫਸੇ ਇਹਨਾਂ ਦੇ ਕੋਲ ਮਜ਼ਦੂਰ ਬਣਾ ਕੇ। ਭੂਤ ਪ੍ਰੇਤ ਵੱਸ ਕੀਤੇ ਸਨ ਵੀ ਤੁਸੀਂ ਇਹਨਾਂ ਦੇ ਕੋਲੋਂ ਮਾੜਾ ਕੰਮ ਨਾ ਹੋਵੇ ਅਤੇ ਉਹਨਾਂ ਨੇ ਆਪਣੇ ਘਰ ਦੇ ਕੰਮ ਹੀ ਲਾ ਲਿਆ ਵੀ ਚਲੋ ਜੇ ਤੁਸੀਂ ਹੋਰ ਨਹੀਂ ਕਰਨਾ ਤਾਂ ਸਾਡਾ ਘਰ ਦਾ ਹੀ ਕੰਮ ਕਰ ਛੱਡੋ। ਅਤੇ ਘਰ ਦੇ ਕੰਮ ਮੁੱਕਦੇ ਥੋੜ੍ਹੀ, ਜਿੰਨੇ ਮਰਜ਼ੀ ਅੱਗੇ ਤੋਂ ਅੱਗੇ, ਜਿਵੇਂ ਉਹ ਕਹਿੰਦੇ ਨਾ ਇੱਕ ਪ੍ਰੇਤ ਕਿਸੇ ਜੱਟ ਨੇ ਵੱਸ ਕਰ ਲਿਆ ਅਤੇ ਉਹ ਪ੍ਰੇਤ ਕਹਿੰਦਾ ਵੀ ਵੱਸ ਤਾਂ ਮੈਂ ਹੋ ਜਾਵਾਂਗਾ, ਤੇਰੇ ਸਾਰੇ ਕੰਮ ਵੀ ਮੈਂ ਕਰਾਂਗਾ ਜਿਵੇਂ ਜਿਵੇਂ ਤੂੰ ਦੱਸੇਗਾ, ਪਰ ਜਿੱਦਣ ਤੇਰੇ ਕੰਮ ਮੁੱਕ ਗਿਆ ਨਾ ਉੱਦਣ ਮੈਂ ਤੈਨੂੰ ਖਾ ਜਾਵਾਂਗਾ। ਅਤੇ ਉਹ ਜਿਮੀਦਾਰ ਬੜਾ ਸਿਆਣਾ ਸੀ, ਕਹਿਣ ਲੱਗਾ ਵੀ ਖਾਣ ਦੀ ਗੱਲ ਤੇ ਬਾਅਦ ਵਿੱਚ, ਤੂੰ ਪਹਿਲਾਂ ਵੱਸ ਤੇ ਹੋ ਨਾ, ਮੇਰੇ ਵੱਸ ਹੋ ਗਿਆ। ਉਹ ਜਿਮੀਦਾਰ ਜਦੋਂ ਕੰਮ ਦੱਸਿਆ ਕਰੇ, ਉਹ ਪ੍ਰੇਤ ਝੱਟ ਹੀ ਥੋੜ੍ਹੇ ਸਮੇਂ 'ਚ ਕਰਕੇ ਆ ਜਾਇਆ ਕਰੇ ਕੋਲ, 10 ਵੀ ਕੰਮ ਕਰ ਦਿੱਤਾ, ਜਿੰਨੇ ਕੁ ਉਹਦੇ ਕੰਮ ਔਖੇ ਸੌਖੇ ਸਾਰੇ ਉਹਨੇ ਦੱਸੇ ਅਤੇ ਉਹ ਮਿੰਟੋ ਮਿੰਟੀ ਕਰਕੇ ਤਾਂ ਵਾਪਸ ਮੁੜ ਆਵੇ ਕਰੇ ਵੀ ਕਰ ਆਉਂਦਾ, ਉਹਦੇ ਕੰਮ ਸਾਰੇ ਮੁੱਕ ਗਏ ਅਤੇ ਪ੍ਰੇਤ ਨੂੰ ਚਾਅ ਚੜ੍ਹ ਗਿਆ ਵੀ ਕੰਮ ਮੁੱਕ ਗਿਆ ਹੁਣ ਮੈਂ ਇਹਨੂੰ ਖਾ ਜਾਣਾ। ਜਦੋਂ ਸਾਰੇ ਕੰਮ ਮੁੱਕ ਗਿਆ ਤਾਂ ਉਹਨੇ ਵੇਖਿਆ ਜਿਮੀਦਾਰ ਜੱਟ ਨੇ ਵੀ ਕੰਮ ਤਾਂ ਮੁੱਕ ਗਏ, ਕਹਿਣ ਲੱਗਾ ਵੀ ਇੱਕ ਕੰਮ ਅਜੇ ਬਾਕੀ ਹੈ। ਅਤੇ ਪ੍ਰੇਤ ਨੇ ਪੁੱਛਿਆ ਵੀ ਉਹ ਕੰਮ ਕੀ ਹੈ, ਕਹਿੰਦਾ ਵੀ ਇੱਥੇ ਲਿਆ ਕੇ ਵੱਡਾ ਸਾਰਾ ਇੱਕ ਵੰਝ ਗੱਡ ਦੇ ਜਿਹੜਾ ਬੜਾ ਲੰਮਾ ਹੋਵੇ। ਕਹਿਣ ਲੱਗਾ ਜੀ ਲਓ ਗੱਡ ਦਿੱਤਾ, ਇਹ ਵੀ ਕੰਮ ਕਰ ਦਿੱਤਾ। ਕਹਿੰਦਾ ਅਗਲਾ ਕੰਮ ਇਹ ਹੈ ਵੀ ਇਹਦੇ ਉੱਪਰ ਚੜ੍ਹਦਾ ਰਹੋ ਅਤੇ ਉਤਰਦਾ ਰਹੋ। ਹੁਣ ਨਾ ਉਹ ਚੜ੍ਹਨ ਉਤਰਨ ਦਾ ਕੰਮ ਮੁੱਕੇ ਅਤੇ ਨਾ ਉਹ ਪ੍ਰੇਤ ਦੀ ਜਾਨ ਛੁੱਟੇ, ਉਹ ਫਸ ਗਿਆ। ਜਦੋਂ ਉਹਨੂੰ ਕਿਤੇ ਕੰਮ ਚੇਤੇ ਆ ਜਾਇਆ ਕਰੇ, ਉਦੋਂ ਆਖੇ ਵੀ ਆ ਜਾ ਇਹ ਵੰਝ ਤੋਂ ਥੱਲੇ ਉਤਰਿਆ ਅਤੇ ਫਲਾਣਾ ਕੰਮ ਕਰਕੇ ਆ, ਅਤੇ ਜਦੋਂ ਕੰਮ ਹੋ ਜਾਵੇ ਆਖੇ ਵੀ ਕਰ ਆਇਆ, ਕਹਿੰਦੇ ਫਿਰ ਚੜ੍ਹਦਾ ਇਸੇ ਵੰਝ ਦੇ ਉੱਪਰ। ਅਤੇ ਇਸ ਤਰ੍ਹਾਂ ਉਹ ਵਿਚਾਰਾ ਮਸਾਂ ਹੱਥ ਜੋੜ ਕੇ ਛੁੱਟਿਆ। ਕਹਿਣ ਤੋਂ ਭਾਵ ਇਹ ਹੈ ਵੀ ਮਹਾਰਾਜ ਨੇ ਭੂਤ ਪ੍ਰੇਤ ਵੱਸ ਕੀਤੇ ਇਹਨਾਂ ਦੇ,
ਵੀ ਮਾੜਾ ਕੰਮ ਨਹੀਂ, ਕੋਈ ਚੰਗਾ ਕੰਮ ਕਰਵਾ ਲਿਓ। ਅਤੇ ਉਹਨਾਂ ਨੇ ਆਪਣੇ ਘਰ ਦੇ ਨੌਕਰ ਹੀ ਸਮਝ ਲਿਆ ਵੀ ਇਹ ਤਾਂ ਸਾਡੇ ਹੀ ਨੇ। ਕਦੇ ਕਹਿਤਾ ਵੀ ਇੱਟਾਂ ਲਿਆਓ, ਕਦੇ ਕਹਿਤਾ ਵੀ ਖੂਹ 'ਤੇ ਇੱਥੇ ਮਜ਼ਦੂਰ ਬਣ ਕੇ ਇੱਟਾਂ ਫੜਾਓ। ਅਤੇ ਮਹਾਰਾਜ ਉਹ ਵਚਨ ਦੱਸਦੇ ਪਏ, ਕਹਿੰਦੇ ਭਾਈ ਇਹਨਾਂ ਨੇ ਤਾਂ ਘਰ ਦੇ ਹੀ ਨੌਕਰ ਸਮਝ ਲਿਆ ਉਹਨਾਂ ਨੂੰ, ਅਤੇ ਉਹਨਾਂ ਕੋਲ ਇਸ ਤਰ੍ਹਾਂ ਕੰਮ ਕਰਾਉਂਦੇ ਹਨ। ਚੂਨਾ ਈਂਟ ਆਣ ਕੇ ਧਰੈ, ਅਤੇ ਚੂਨਾ ਅਤੇ ਇੱਟ ਜਿਹੜੀ ਹੈ ਉਹ ਲਿਆ ਲਿਆ ਕੇ ਧਰਦੇ ਨੇ, ਅਤੇ ਤਾਂ ਇਹ ਖੂਹ ਬਣਦਾ ਪਿਆ ਹੈ। ਸ਼੍ਰੀ ਅਰਜਨ ਪ੍ਰਸੰਨ ਮਨ ਹੋਇਆ ਕੇ, ਅਤੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਦੀਆਂ ਨੇ ਪ੍ਰਸੰਨ ਹੋ ਕੇ ਵਰ ਦਿੱਤਾ ਸੀ। ਇਹ ਜਿਹੜਾ ਵਚਨ ਹੈ ਨਾ ਵੀ ਭੂਤ ਪ੍ਰੇਤ ਵੱਸ ਕਿਵੇਂ ਹੋਏ, ਫਿਰ ਸਿੱਖਾਂ ਨੇ ਪੁੱਛਿਆ ਮਹਾਰਾਜ ਵੀ ਇਹਨਾਂ ਦਾ ਹੁਕਮ ਭੂਤ ਪ੍ਰੇਤ ਮੰਨਦੇ ਕਿਉਂ ਨੇ? ਦੁਨੀਆਂ 'ਚ ਤਾਂ ਬੰਦੇ ਦਾ ਬੰਦਾ ਨਹੀਂ ਕਹਿਣਾ ਮੰਨਦਾ, ਜਿਹੜੀ ਚੀਜ਼ ਦਿਸਦੀ ਨਹੀਂ ਹੈ ਉਹ ਵੀ ਹੁਕਮ ਮੰਨਦੀ, ਵੀ ਉਹ ਕਾਰਨ ਕੀ ਹੈ? ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੱਸਦੇ ਪਏ ਕਾਰਨ ਇਹ ਹੈ ਵੀ ਇਹਨਾਂ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਵਰ ਮਿਲਿਆ ਹੈ। ਜਦੋਂ ਇਹ ਬਚਨ ਦੱਸਿਆ ਤਾਂ ਸਿੱਖਾਂ ਨੇ ਫਿਰ ਸਵਾਲ ਕੀਤਾ ਮਹਾਰਾਜ ਵਰ ਕੀ ਮਿਲਿਆ ਅਤੇ ਮਿਲਿਆ ਕਿਵੇਂ ਹੈ? ਫਿਰ ਇਹ ਵੀ ਦੱਸੋ ਨਾ ਆਪ ਕਿਰਪਾ ਕਰਕੇ ਵੀ ਵਰ ਕਿਵੇਂ ਮਿਲਿਆ ਔਰ ਕਿਹੜਾ ਵਰ ਮਿਲਿਆ। ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਚਲੋ ਭਾਈ ਜੇ ਤੁਸੀਂ ਪੁੱਛ ਹੀ ਲਿਆ ਤਾਂ ਫਿਰ ਅਸੀਂ ਇਹ ਵੀ ਗੱਲ ਦੱਸ ਦਿੰਦੇ ਹਾਂ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਕਿਵੇਂ ਕਿਰਪਾ ਕੀਤੀ ਔਰ ਕਿਵੇਂ ਕਿਰਪਾ ਇਹਨਾਂ ਨੇ ਕਰਵਾਈ ਹੈ, ਇਤਿਹਾਸ ਕੀ ਹੈ, ਬਚਨ ਕੀ, ਆਪਾਂ ਅੱਗੇ ਸਰਵਣ ਕਰਾਂਗੇ ਸਤਿਗੁਰੂ ਕਿਰਪਾ ਕਰਨਗੇ। ਅਤੇ ਫਿਰ ਜਿਹੜਾ ਬਚਨ ਆਪਾਂ ਪਹਿਲਾਂ ਸਰਵਣ ਕੀਤਾ ਸੀ ਵੀ ਉਹ ਤਿੰਨ ਬੱਚੇ ਆਪਣੇ ਹੀ ਉਹਨਾਂ ਨੇ ਆਖਿਆ ਵੀ ਪਰਾਤ ਰਹਿ ਜਾਏਗੀ ਅਤੇ ਬੱਚੇ ਨਹੀਂ ਰਹਿਣਗੇ, ਉਹ ਵੀ ਬਚਨ ਆਪਾਂ ਸਰਵਣ ਕਰਾਂਗੇ ਵੀ ਇਹ ਬਚਨ ਕਿਉਂ ਆਖੇ ਸਾ। ਗੁਰੂ ਕਿਰਪਾ ਕਰੇ ਬਚਨ ਉਪਦੇਸ਼ ਸਤਿਗੁਰਾਂ ਦਾ ਹਿਰਦੇ ਵਸੇ ਭੁੱਲਾਂ ਚੁੱਕਾਂ ਦੀ ਮੁਆਫੀ ਲਿਖਾ ਖੇਨ ਖੇਨ ਭੁੱਲਣ ਬਖਸ਼ਣ ਹਾਰ ਬਖਸ਼ਣ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਸਤਿਗੁਰਾਂ ਦੀ ਸਾਜੀ ਨਵਾਦੀ ਗੁਰੂ ਕੀ ਸੰਗਤ 4 ਜਨਵਰੀ ਤੋਂ ਪ੍ਰਭਾਤ ਫੇਰੀਆਂ ਜਿਹੜੀਆਂ ਪ੍ਰਾਰੰਭ ਹੋ ਰਹੀਆਂ, ਸਮਾਂ ਠੀਕ ਗੁਰੂ ਘਰ ਤੋਂ ਚੱਲਣ ਦਾ 4:30 ਵਜੇ ਦਾ ਹੈ। 4:15 ਵਜੇ ਤੋਂ ਲੈ ਕੇ 4:30 ਵਜੇ ਤੱਕ ਗੁਰੂ ਪਾਤਸ਼ਾਹ ਪ੍ਰਕਾਸ਼ ਹੋਇਆ ਕਰਨਗੇ ਅਤੇ 4:30 ਵਜੇ ਅਰਦਾਸ ਹੋ ਕੇ ਪ੍ਰਰੰਭਤਾ ਹੋਇਆ ਕਰੇਗੀ। ਸੰਗਤਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਹਾਜ਼ਰੀਆਂ ਭਰਨੀਆਂ ਵੱਧ ਤੋਂ ਵੱਧ ਗੁਰਬਾਣੀ ਦੇ ਸ਼ਬਦ ਆਪ ਸੰਗਤਾਂ ਯਾਦ ਕਰ ਲਵੋ, ਲਿਖ ਲਵੋ ਤਾਂ ਕਿ ਹਾਜ਼ਰੀ ਵੱਧ ਤੋਂ ਵੱਧ ਭਰੀ ਜਾ ਸਕੇ। ਸੇਵਾਦਾਰਾਂ ਨੂੰ ਬੇਨਤੀ ਹੈ ਕਿ ਨਿਸ਼ਾਨ ਸਾਹਿਬ ਜਿਹੜਾ ਅੱਗੇ ਚੁੱਕ ਕੇ ਚੱਲਦੇ ਨੇ ਸਿੰਘ ਆਪਣੇ, ਉਹ ਸਿੰਘਾਂ ਦੀ ਲੋੜ ਹੈ ਵੀ ਤਿਆਰ ਬਰ ਤਿਆਰ ਸਿੰਘ ਅੰਮ੍ਰਿਤਧਾਰੀ, ਜੇ ਕੋਈ ਭਾਈ ਇਹ ਸੇਵਾ ਨਿਸ਼ਾਨ ਗੁਰੂ ਦਾ ਅੱਗੇ ਚੁੱਕ ਕੇ ਚੱਲਣਾ ਹੈ ਕਰ ਸਕਦਾ ਹੈ ਤਾਂ ਉਹ ਆਪਣਾ ਨਾਮ ਲਿਖਾਉਣ ਦੀ ਜ਼ਰੂਰ ਕਿਰਪਾਲਤਾ ਕਰੇ। ਇਹ ਬੇਨਤੀਆਂ ਆਪ ਸੰਗਤ ਨੇ ਪ੍ਰਵਾਨ ਕਰਨੀਆਂ। ਭੁੱਲਾਂ ਚੁੱਕਾਂ ਦੀ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਵਾਹਿਗੁਰੂ ਸਾਹਿਬ ਜੀ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ, ਮਾਨਸ ਕੀ ਜਿਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਜੀਅੜਾ ਅਗਨ ਬਰਾਬਰ ਤਪੈ।